ਖਰਚੇ ਤੋਂ ਨੀ ਡਰਦਾ ਨੀ ਪਿੰਡੂ ਪੁੱਤ ਸਰਦਾਰ ਦਾ। ਬਹੁਤ ਸਾਰਾ ਮਾਣ ਸਾਡਾ ਵੱਡਾ ਬਾਈ, ਬਹੁਤ ਸਾਡੇ ਰੂਪਲਾਲ ਜੀ ਧੀਰ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਇੱਕ ਬੇਨਤੀ ਹੈ ਬਾਈ, ਆਵਾਜ਼ ਸਮਝ ਆਉਂਦੀ ਆ, ਮਾਰ ਦਿਓ ਫਿਰ ਤਾੜੀ ਤਾਰਾ ਪਰਿਵਾਰ ਦੇ ਨਾਂ ਤੇ। ਮੈਨੂੰ ਹੁਣੇ ਹੁਣੇ ਪਤਾ ਲੱਗਿਆ ਵੀ ਦਾਰਾ ਭਾਅ ਜੀ ਸਵੇਰੇ ਬੇਸਣ ਦੀ ਰੋਟੀ ਖਾਂਦੇ ਆ, ਦੁਪਹਿਰ ਨੂੰ ਕਣਕ ਦੀ ਤੇ ਸ਼ਾਮ ਨੂੰ ਸੈਲਡ ਖਾਂਦੇ ਆ। ਪਰ ਇੱਕ ਗੱਲ ਪੱਕੀ ਆ, ਮੈਨੂੰ ਲੱਗਦਾ ਵੀ ਸਾਲ ਦੇ ਵਿੱਚ 2 ਜਾਂ 3 ਕਿਲੋ ਆਟਾ ਲੱਗਦਾ ਹੋਊ, ਬਾਕੀ ਪ੍ਰੋਗਰਾਮ ਤੇ ਰਹਿੰਦੇ ਨੇ। ਆ ਗਏ ਆ ਗਏ ਆ ਗਏ, ਕੀ ਹਾਲ ਆ ਬਈ ਜੈਰਾ ਸਾਹਿਬ ਦੀ, ਇਹ ਮਰੀਦ ਨੇ ਜੀ ਬਾਬਾ, ਬਹੁਤ ਮਿਹਰਬਾਨੀ, ਸ਼ੁਕਰੀਆ ਸਾਡੇ ਵੱਲੋਂ, ਬਹੁਤ ਬਹੁਤ ਧੰਨਵਾਦ। ਸਾਡਾ ਗੀਤ ਆਇਆ ਸੀ ਲੱਸੀ ਪਿਆ ਕੇ ਪੱਟੀ ਜੋਬਰਾ ਗਲਗਲ ਵਰਗੀ ਜੱਟੀ ਮੇਰੀਆਂ ਮਨ ਲਾ ਰਹਿਣ ਦੇ ਵਿਆਹ ਨੂੰ ਪਿੱਛੋਂ ਪੈ ਜੂ ਪਛਤਾਉਣਾ, ਪਰ ਵਿਆਹ ਕੇ ਚੰਡੀਗੜ੍ਹ ਦੀ ਵੀ ਖਰਚਾ ਚੱਕਿਆ ਨੀ। ਤੇ ਉਸ ਤੋਂ ਪਹਿਲਾਂ ਜਿਹੜੇ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ, ਪੇਂਡੂ ਜੱਟ ਨੇ ਪੜਾ ਕੇ ਲੱਸੀ ਪੱਟ ਲਈ ਚੰਡੀਗੜ੍ਹ ਸ਼ਹਿਰ ਦੀ ਕੁੜੀ, ਉਹ ਗੀਤ ਨੇ ਅਸਰ ਬੜਾ ਕੀਤਾ, ਬੜੀ ਘਰਾਂ 'ਚ ਲੱਸੀ ਰਿੜਕਾਉਣ ਲੱਗ ਗਈ। ਤੇ ਹੁਣ ਮਾੜਾ ਜਿਹਾ ਪਰਖ ਕੇ ਦੇਖ ਲਈਏ ਵੀ ਜਿਹਨਾਂ ਦੇ ਘਰੇ ਲੱਸੀ ਰਿੜਕਾਉਂਦੀ ਆ, ਮਾੜੀ ਜਿਹੀ ਤਾੜੀ ਮਾਰਿਓ, ਇੰਨੀ ਤਾੜੀ ਉਹ ਤੁਹਾਡੇ ਆਪਦੇ ਰਿੜਕ ਹੁੰਦੀ ਆ ਕਿ ਗੁਆਂਢੀਆਂ ਵਾਲੀ ਤਾੜੀ ਮਾਰੀ ਜਾਂਦੇ ਹੋ। ਸੋ ਬਹੁਤ ਧੰਨਵਾਦ ਬਈ। ਸੋ ਉਸ ਗੀਤ ਦਾ ਹਿੱਸਾ ਸੀ ਪਿਆਰ ਪਾਉਣ ਦੇ ਨਾਲ ਹੀ ਪਿਆਰ ਨਿਭਾਉਣ ਦੇ ਨਾਲ ਗੱਲ ਬਣਦੀ ਹੈ। ਆਜੋ ਆਜੋ ਆਜੋ, ਕਿਹੜੀ ਕੰਟਰੀ ਜਾਣਾ, ਕਿਹੜੀ ਕੰਟਰੀ ਜਾਣਾ? ਉਹ ਨਹੀਂ ਰੀਸਾਂ ਗਰੀਸ ਵਾਲਾ ਗਾਹਾਂ ਇੰਗਲੈਂਡ ਨਿਕਲ ਜੀ, ਉਹ ਕੋਈ ਗੱਲ ਨਹੀਂ, ਰਸਤਿਆਂ ਦਾ ਸਾਨੂੰ ਵੀ ਹੁਣ ਪਤਾ ਲੱਗ ਗਿਆ, ਖਿੱਚਦੇ ਪਿਓ ਦਾ ਪੋਤਾ ਕਿੱਥੇ ਫੋਟੋ ਵਾਲਾ ਤੇਰਾ, ਆ ਜਾ ਉਹ, ਆ ਜਾ ਨਵਾਦਾ, ਉਹ ਨਹੀਂ ਰੀਸਾਂ, ਕੀ ਹਾਲ ਹੈ ਜੀ, ਠੀਕ ਹੈ, ਹਾਲ ਫੜ ਆ ਜਾ ਬਾਬਾ। ਆ ਗਈ ਓਕੇ, ਥੈਂਕ ਯੂ, ਪਰਮਾਤਮਾ ਤੈਨੂੰ ਚੜ੍ਹਦੇ ਕਲਾ ਰੱਖੇ ਵੀ, ਚੰਗੀ ਮਿਹਨਤ ਕਰੇ ਤੇ ਜਨਮ ਭੂਮੀ ਨੂੰ ਯਾਦ ਰੱਖੇ, ਖੁੱਲਾ ਦਾਨ ਪੁੰਨ ਕਰੇ, ਜ਼ੋਰਦਾਰ ਤਾੜੀ ਮਾਰਦੇ ਪਰਿਵਾਰ ਦੇ। ਸੋ ਪਿਆਰ ਪਾਉਣ ਦੇ ਨਾਲ ਹੀ ਪਿਆਰ ਨਿਭਾਉਣ ਦੇ ਨਾਲ ਗੱਲ ਬਣਦੀ ਹੈ, ਜਦੋਂ ਪਿਆਰ ਵਿਆਹ ਦੇ ਵਿੱਚ ਤਬਦੀਲ ਹੋਣ ਲੱਗਦਾ ਤੇ ਪੇਂਡੂ ਜੱਟ ਮਾੜ ਜੀ ਟਰਾਈ ਮਾਰਦਾ ਚਾਹ ਦਾ ਘੁੱਟ ਪੀ ਕੇ, ਕਹਿੰਦਾ ਵੀ ਚੰਡੀਗੜ੍ਹ ਵਾਲੀਏ ਮੈਂ ਤੈਨੂੰ ਵਿਆਹ ਕੇ ਆਪਣੇ ਪਿੰਡ ਲਿਜਾਣਾ ਚਾਹੁੰਦਾ। ਉਹ ਹੱਸ ਪਈ, ਉਹ ਭਲਿਆ ਮਾਨਸਾ, ਇਹ ਕਿਹੜੇ ਪਾਸੇ ਤੂੰ ਫੀਲਿੰਗ ਲਈ ਫਿਰਦਾ? ਉਹ ਕਹਿੰਦਾ ਗੱਲ ਪੱਕੀ ਆ ਵੀ ਮੇਰੇ ਤਾਏ ਨਾਲ ਵੀ ਗੱਲ ਹੋ ਗਈ, ਮੇਰੀ ਮਾਂ ਨਾਲ ਵੀ ਗੱਲ ਹੋ ਗਈ, ਮੇਰੀ ਭਰਜਾਈ ਨਾਲ ਵੀ ਗੱਲ ਹੋ ਗਈ, ਪਰ ਤੈਨੂੰ ਮੈਂ ਵਿਆਹ ਕੇ ਆਪਣੇ ਪਿੰਡ ਲਿਜਾਣਾ। ਕਹਿੰਦੀ ਮੇਰਾ ਖਰਚਾ ਬਹੁਤ ਹੈ, ਕਹਿੰਦੀ ਵਿਆਹ ਕੇ ਚੰਡੀਗੜ੍ਹ ਦੀ ਵੀ ਖਰਚਾ ਚੱਕਿਆ ਨਹੀਂ। ਉਹ ਕਹਿੰਦਾ ਜੱਟ ਦੇ ਖਰਚੇ ਨਹੀਂ ਹੁੰਦੇ, ਜੱਟ ਦੇ ਚਰਚੇ ਹੁੰਦੇ ਨੇ, ਜੱਟ ਦੇ ਚਰਚੇ ਹੁੰਦੇ ਨੇ, ਜੱਟ ਦੇ ਚਰਚੇ ਹੁੰਦੇ ਨੇ। ਸੋ ਉਹਨਾਂ ਚਰਚਿਆਂ ਦੀ ਗੱਲ ਕਰਨ ਲੱਗੇ ਆ। ਅਮਨ ਰੋਜੀ ਕੀ ਕਹਿੰਦੀ ਆ ਤੇ ਪੇਂਡੂ ਜੱਟ ਕੀ ਕਹਿੰਦਾ ਏ? ਲੱਸੀ ਪਿਆ ਕੇ ਪੱਟੀ ਚੋਬਰਾ ਗਲਗਲ ਵਰਗੀ ਜੱਟੀ ਮੇਰੀਆਂ ਮਨ ਲੈ ਰਹਿਣ ਦੇ ਵਿਆਹ ਨੂੰ ਪਿੱਛੋਂ ਪੈ ਜੂ ਪਛਤਾਣਾ, ਵਿਆਹ ਕੇ ਚੰਡੀਗੜ੍ਹ ਦੀ ਵੇ ਖਰਚਾ ਚੱਕਿਆ ਨੀ ਜਾਣਾ। ਪਤਾ ਕਿਉਂ? ਜਿਹੜੀ ਚੀਜ਼ ਪਹਿਲਾਂ 200 ਦੀ ਮਿਲਦੀ ਸੀ ਨਾ, ਹੁਣ 600 ਦੀ ਮਿਲਦੀ ਆ। ਉਹ ਭਲੀਏ ਮਾਨਸੇ, ਤੂੰ ਕਦੇ ਅਖਬਾਰ ਨਹੀਂ ਪੜਿਆ? ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਪ੍ਰਧਾਨ ਮੰਤਰੀ ਮੁੰਦਰਾ ਯੋਜਨਾ ਤਿਆਰ ਕੀਤੀ ਹੈ, ਉਹਦੇ ਵਿੱਚ ਆਸ਼ਕ ਵੀ ਆਉਂਦੇ ਆ ਜਿਹਨਾਂ ਨੂੰ 5 ਲੱਖ ਦਾ ਲੋਨ ਮਿਲਦਾ, ਪਰ ਕੰਡੀਸ਼ਨ ਆ ਇਹ ਨੇ ਵੀ ਉਹ 5 ਲੱਖ ਦਾ 5 ਲੱਖ ਮਸ਼ੂਕ ਤੇ ਖਰਚਣਾ ਪੈਣਾ, ਬਾਹਰ ਨਹੀਂ ਖਰਚ ਹੋਣਾ। ਅੱਛਾ, ਨਾਲ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਕਿਹਾ ਉਹਦੀ ਕਿਸ਼ਤ ਮੋੜਨ ਦੀ ਲੋੜ ਨਹੀਂ, ਡੰਡੇ ਖਾਣ ਦੀ ਲੋੜ ਹੈ। ਅੱਛਾ, ਲੱਸੀ ਪਿਆ ਹੱਕ ਪੱਟ ਚੋਬਰਾ ਗਲ ਗਲ ਵਰਗੀ ਜੱਟੀ
ਵਸੀ ਪਿਆ ਹੱਥ ਪੱਟੀ ਚੁੱਪ ਰਾ ਗਲ ਗਲ ਵਰਗੀ ਤੱਕੀ ਮੇਰੀਆਂ ਮਨ ਲੜਨ ਦੇਣੂ ਪਿੱਛੋਂ ਪੈਜ ਪਛਤਾਣਾ ਵਿਆਹ ਕੇ ਚੰਡੀਗੜ੍ਹ ਦੀ ਵੇ ਖਰਚਾ ਚੱਕਿਆ ਨਹੀਂ ਜਾਣਾ ਵਿਆਹ ਕੇ ਚੰਡੀਗੜ੍ਹ ਦੀ ਵੇ ਖਰਚਾ ਚੱਕਿਆ ਨਹੀਂ ਜਾਣਾ ਚੱਕੇ ਚੱਕੇ ਸ਼ੌਕ ਬੱਲੇ ਨੇ ਪੂਰੇ ਚਾਰ ਮਰੱਬੇ ਬੱਲੇ ਬੇਬੇ ਡਾਕਟਰ ਅੱਪ ਮਾਸਟਰ ਜਾਣਾ ਲੰਬੜਦਾਰਾਂ ਦਾ ਕਰਕੇ ਤੋਂ ਨਹੀਂ ਕਰਕੇ ਤੋਂ ਨਹੀਂ ਕਰਕੇ ਤੋਂ ਨਹੀਂ ਡਰਦਾ ਨਹੀਂ ਪਹਿਲੀ ਡਰਦਾ ਨੀ ਪਹਿਲੀ ਪੁੱਤ ਸਰਦਾਰਾਂ ਦਾ ਤੂੰ ਪਹਿਲਾਂ ਆਪਣੇ ਮਾਂ ਬਾਪ ਤੋਂ ਹਾਂ ਕਰਵਾ ਲੈਵੇ ਮੈਂ ਗੱਲ ਕਰਨੀ ਆ ਕੋਰੀ ਵਿੱਚ ਵਿਚੋਲਾ ਇਲਾਕੇ ਦਾ ਮਾਣ ਨਿਰਮਲ ਕੌਰ ਜੀ ਧੀ ਉਹਨਾਂ ਵੱਲੋਂ ਵੀ ਬਹੁਤ ਮਾਣ ਸਤਿਕਾਰ ਆਇਆ ਹਰੀ ਚੁੰਨੀ ਲੈ ਕੇ ਬੈਠੇ ਹੋਏ ਮੈਂ ਕਿਹਾ ਮੈਂ ਭਾਜੀ ਹੋਣੀ ਪੈਸੇ ਦਿੰਦੇ ਆ ਤੁਹਾਡੇ ਵੱਲੋਂ ਕਹਿ ਦਿੰਦੀ ਹਾਂ ਕੋਈ ਨਾ ਆ ਜਾਓ ਤੂੰ ਪਹਿਲਾਂ ਆਪਣੇ ਨਕਲ ਕਰਨੀ ਆ ਕੋਰੀ ਵਿੱਚ ਵਿਚੋਲਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਰੂਪਲਾਲ ਜੀ ਧੀਰ ਨਿਰਮਲ ਕੌਰ ਜੀ ਧੀਰ ਮਨਜੂਤਾ ਸਰਪੰਚ ਸਰਪੰਚਣੀ ਭੈਣ ਜੀ ਥੈਂਕ ਯੂ ਸੋ ਮਚ ਕਿਉਂਕਿ ਤੀਜੀ ਵਾਰੀ ਇਹ ਤੁਹਾਡੀ ਬਦੌਲਤ ਹੈ ਕਿ ਅੱਜ ਅਸੀਂ ਤੀਜੀ ਵਾਰੀ ਇੱਥੇ ਹਾਜ਼ਰੀ ਲਗਾ ਰਹੇ ਜੇ ਤੁਸੀਂ ਸਾਨੂੰ ਇੰਨਾ ਮਾਨ ਸਤਿਕਾਰ ਦਿੱਤਾ ਅਸੀਂ ਤਾਂ ਅੱਜ ਇੱਥੇ ਖੜੇ ਹਾਂ ਸੋ ਏਦਾਂ ਹੀ ਆਪਣਾ ਆਸ਼ੀਰਵਾਦ ਆਪਣਾ ਪਿਆਰ ਬਣਾਈ ਰੱਖਿਓ ਤੂੰ ਪਹਿਲਾਂ ਆਪਣੇ ਮਾਂ ਬਾਪ ਤੋਂ ਹਾਂ ਕਰਵਾ ਲੈ ਮੈਂ ਗੱਲ ਕਰਨੀ ਆ ਕੋਰੀ ਵਿੱਚ ਵਿਚੋਲਾ ਅੱਜ ਤੂੰ ਖਰਚਾ ਖਰਚਾ ਕੀ ਕਰਦੀ ਜੱਟ ਵਾਰ ਦਊਗਾ ਜਾਨ ਕੁੜੇ ਉਹ ਚਾਰੀ ਲਾ ਕੇ ਦੇਖੀ ਦਾ ਨੀ ਕਦੇ ਨਫਾ ਨੁਕਸਾਨ ਕੁੜੇ ਅੱਜ ਤੂੰ ਖਰਚਾ ਖਰਚਾ ਕੀ ਕਰਦੀ ਜੱਟ ਵਾਰ ਦਊਗਾ ਜਾਨ ਕੁੜੇ ਪੱਗੀ ਹੰਡਲੀ ਲਿਜਾਣਾ ਪਿੰਡ ਨੇ ਪੱਗੀ ਹੰਡਲੀ ਲਿਜਾਣਾ ਪਿੰਡ ਨੇ ਤਾਰਨਾ ਮੁੱਲ ਪਿਆਰਾਂ ਦਾ ਖਰਚੇ ਤੋਂ ਨੀ ਖਰਚੇ ਤੋਂ ਨੀ ਖਰਚੇ ਤੋਂ ਨੀ ਡਰਦਾ ਆਤਮਾ ਪੁੱਤ ਸਰਦਾਰ ਤੂੰ ਨੀ ਡਰਦਾ ਨੀ ਬੈਲੀ ਪੁੱਤ ਸਰਦਾਰਾਂ ਦਾ ਕੰਮ ਕਿਚਨ ਦਾ ਨਹੀਂ ਆਉਂਦਾ ਨਾ ਕਰਨੀ ਵਾਸ਼ਿੰਗ ਵੇ ਕਰਨ ਜਾਣਦੀ ਮਹਿੰਗੇ ਮੋਲਾਂ ਦੇ ਵਿੱਚ ਸ਼ੋਪਿੰਗ ਕਰਨ ਜਾਂਦੀ ਮਹਿੰਗੇ ਮੋਲਾਂ ਦੇ ਵਿੱਚ ਸ਼ੋਪਿੰਗ ਵੇ ਕਰਨੀ ਐਸ਼ ਨਾਲ ਮੈਂ ਕੈਸ਼ ਵੀ ਕਰਨੀ ਐਸ਼ ਨਾਲ ਮੈਂ ਕੈਸ਼ ਹੁਣੇ ਤੂੰ ਹੁਣੇ ਤੂੰ 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 ਸੋ ਲੈਣ ਜਾਣਾ ਵਿਆਹ ਕੇ ਚੰਡੀਗੜ੍ਹ ਦੀ ਵੇ ਖਰਚਾ ਵਿਆਹ ਕੇ ਚੰਡੀਗੜ੍ਹ ਦੀ ਵੇ ਖਰਚਾ ਚੱਕਿਆ ਨਹੀਂ ਜਾਣੀ ਓਏ ਤੂੰ ਕਿੱਥੇ ਤਿਆਰੀ ਲਾਵਾਂਗੀ ਬਾਕੀ ਨੇ ਗੱਲਾਂ ਬਾਤ ਦੀਆਂ ਤੈਨੂੰ ਪਿੰਡ ਲਿਜਾ ਕੇ ਦੱਸੂਗਾ ਕੀ ਹੁੰਦੀਆਂ ਭੂਠਾਂ ਪਿਆਜ ਦੀਆਂ ਉਹ ਤੁੱਕ ਚ ਤਿਆਰੀ ਲਾਵਾਂਗੀ ਬਾਕੀ ਨੇ ਗੱਲਾਂ ਬਾਤ ਦੀਆਂ ਤੈਨੂੰ ਪਿੰਡ ਲਿਜਾ ਕੇ ਦੱਸੂਗਾ ਕੀ ਹੁੰਦੀਆਂ ਭੂਠਾਂ ਪਿਆਜ ਦੀਆਂ ਮੱਲ ਸੱਜਣੀ ਛੱਡੂ ਨਾ ਕੱਚਣੀ ਮੱਲ ਸੱਜਣੀ ਛੱਡੂ ਨਾ ਕੱਚਣੀ ਆਤਮਾ ਪੱਕੇ ਕਰਾਰਾਂ ਦਾ ਖਰਚੇ ਤੋਂ ਨੀ ਖਰਚੇ ਤੋਂ ਨੀ ਖਰਚੇ ਤੋਂ ਨੀ ਡਰਦਾ ਨੀ ਪੇਂਡੂ ਪੁੱਤ ਸਰਦਾਰ ਕਰਕੇ ਤੂੰ ਨੀ ਡਰਦਾ ਪਿੰਡ ਪੁੱਤ ਸਰਦਾਰਾਂ ਦਾ ਸਾਹਮਣੇ ਆ ਜਾਓ ਵੀਰੇ ਤੁਸੀਂ ਕੋਈ ਨਾ
बैठ जा नाले थकेगा नहीं तू पहला अपने मां बाप तो हाथ ना ले वे मैं गल करनी आ कोरी विच वचोला पण तू पहला अपने मां बाप तो हाथ ना ले वे मैं गल करनी आ कोरी विच वचोला पण कहना सौखा करना औखा कहना सौखा करना औखा वे पिछे हुण जण तने ब्याह के चंडीगढ़ दी खर्चा टिकी आणी ਵਿਆਹ ਚੰਡੀਗੜ੍ਹ ਦੇ ਖਰਚਾ ਚੁੱਕਿਆ ਨਹੀਂ ਜਾਣਾ ਭਾਈ ਤੂੰ ਕਿਤੇ ਤਿਆਰੀ ਲਾਵਾਂ ਦੀ ਬਾਕੀ ਨੇ ਗੱਲਾਂ ਬਾਤ ਦੀਆਂ ਤੈਨੂੰ ਪਿੰਡ ਲਿਜਾ ਕੇ ਦੱਸੂੰਗਾ ਕੀ ਹੁੰਦੀਆਂ ਭੁੱਖਾਂ ਪਿਆਜ ਦੀਆਂ ਥੈਂਕ ਯੂ ਬਹੁਤ ਮਿਹਰਬਾਨੀ ਮੁਬਾਰਕਾਂ ਵੀ ਸਾਰਿਆਂ ਨੂੰ ਬਹੁਤ ਮਾਣ ਸਾਰੀ ਕਮੇਟੀ ਵੱਲੋਂ ਤੂੰ ਖਿੱਚ ਤਿਆਰੀ ਲਾਵਾਂ ਦੀ ਬਾਕੀ ਗੱਲਾਂ ਬਾਤ ਦੀਆਂ ਤੈਨੂੰ ਪਿੰਡ ਲਿਜਾ ਕੇ ਦੱਸੂਗਾ ਨੀ ਕੀ ਹੁੰਦੀਆਂ ਭੁੱਖਾਂ ਪਿਆਰ ਦੀਆਂ ਅੱਜ ਤੂੰ ਖਿੱਚ ਤਿਆਰੀ ਲਾਵਾਂ ਦੀ ਬਾਕੀ ਨੇ ਗੱਲਾਂ ਬਾਤ ਦੀਆਂ ਤੈਨੂੰ ਪਿੰਡ ਲਿਜਾ ਕੇ ਦੱਸੂਗਾ ਕੀ ਹੁੰਦੀਆਂ ਭੁੱਖਾਂ ਪਿਆਜ ਦੀਆਂ ਹੱਲ ਸੱਚਣੀ ਛੱਡੂ ਨਾ ਕੱਚਣੀ ਹੱਲ ਸੱਚਣੀ ਛੱਡੂ ਨਾ ਕੱਚਣੀ ਆਤਮਾ ਪੱਕੀ ਕਰਾਰਾਂ ਦਾ ਖਰਚੇ ਤੋਂ ਨੀ ਖਰਚੇ ਤੋਂ ਨੀ ਖਰਚੇ ਤੋਂ ਨੀ ਡਰਦਾ ਨੀ ਪਹਿਲੀ ਪੁੱਤ ਸਰਦਾਰ ਪਹਿਲੀ ਖਰਚੇ ਤੋਂ ਨੀ ਡਰਦਾ ਪਹਿਲੀ ਪੁੱਤ ਸਰਦਾਰਾਂ ਦਾ ਵਿਆਹ ਕੇ ਚੰਡੀਗੜ੍ਹ ਚ ਵੀ ਖਰਚਾ ਚੁੱਕਿਆ ਨੀ ਜਾਣਾ ਨੀ ਖਰਚੇ ਤੋਂ ਨੀ ਡਰਦਾ ਨੀ ਪਹਿਲੀ ਪੁੱਤ ਸਰਦਾਰਾਂ ਦਾ ਵਿਆਹ ਕੇ ਚੰਡੀਗੜ੍ਹ ਚ ਵੀ ਖਰਚਾ ਚੁੱਕਿਆ ਨੀ ਜਾਣਾ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਪਰ ਫੁਕਰੇ ਬੰਦੇ ਨੀ ਬਹੁਤੇ ਸਿਰ ਝਾੜੀ ਦੇ ਹੋ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਉਹ ਮਸ਼ੂਕਾਂ ਪਿੱਛੇ ਲੱਗ ਕੇ ਨਾ ਯਾਰ ਛੱਡੀਏ ਬਿਲਕੁਲ ਨਵਾਂ ਗੀਤ ਪਹਿਲੀ ਵਾਰ ਗਾਉਣ ਲੱਗੇ ਇੱਥੇ ਜ਼ੋਰਦਾਰ ਤਾੜੀ ਮਾਰ ਦੋ ਜੇ ਲਫ਼ਜ਼ ਵਧੀਆ ਲੱਗੇ ਕਹਿੰਦਾ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਚਾੜੀ ਦੇ ਪਰ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਨਾਰਾ ਪਿੱਛੇ ਲੱਗਣਾ ਭਰਾ ਛੱਡੀਏ ਸੋ ਇੱਕ ਲਫ਼ਜ਼ ਸੁਣਨ ਵਾਲਾ ਹਾਂਜੀ ਜੋਗਾ ਭਾਜੀ ਕਿੱਥੇ ਆ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਝਾੜੀ ਦੇ ਡੰਡ ਡੰਡ ਰੜ ਡੰਡ ਡੰਡ ਰੜ ਡੰਡ ਡੰਡ ਡਾ ਚੱਕਲਾ ਉਹ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਝਾੜੀ ਦੇ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਉਹ ਯਾਰਾ ਪਿੱਛੇ ਲੱਗਣਾ ਭਰਾ ਛੱਡੀਏ ਉਹ ਨਾਰਾ ਪਿੱਛੇ ਲੱਗਣਾ ਭਰਾ ਛੱਡੀਏ ਹੋ ਮੂੰਹ ਤਾਂ ਕਿਸੇ ਦਾ ਜਾਂਦਾ ਨਹੀਂ ਆ ਫੜਿਆ ਇੱਕ ਦਿਨ ਲੈਂਦਾ ਆ ਸਮਾਂ ਨਹੀਂ ਚੜਿਆ ਹੋ ਮੂੰਹ ਤਾਂ ਕਿਸੇ ਦਾ ਜਨਾਨੀ ਹੁੰਦੀ ਭਾਬੀ ਸਭ ਦੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਹਵਾ ਵਿੱਚ ਮਿੱਤਰੋ ਨੀ ਤੀਰ ਮਾਰੀ ਦੇ ਫੁਕਰੇ ਬੰਦੇ ਨੀ ਬਹੁਤੇ ਸਿਰ ਚਾੜੀ ਦੇ ਉਹ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਉਹ ਜਿੱਥੇ ਯਾਰੀ ਲਾਈਏ ਉੱਥੇ ਕਿੱਲ ਗੱਡੀਏ ਮਸ਼ੂਕਾਂ ਪਿੱਛੇ ਲੱਗ ਕੇ ਨਾ ਯਾਰ ਛੱਡੀਏ ਮਸ਼ੂਕਾਂ ਪਿੱਛੇ ਲੱਗ ਕੇ ਨਾ ਯਾਰ ਛੱਡੀਏ
सोशल मीडिया का जमाना है, क्योंकि की पता कितने केड़ी चीज वायरल हो जानी। जिदा दिल करता फोन चक के रोन लग जाता, कोई गाला कढ़न लग जाता, क्योंकि पहले चीजा पर्दे च होंदिया सी, टुट जाती सी तां सैड सोंग सुनदे होंदे सी, लेकिन अजकल तां सिद्धियां गाला चल दियां। बंदे दी पर्दा परी ना सो दी नार नू बड़ी है ना हट्टी पट्टी पाहे प्यार नू। बंदे दी पर्दा परी ना सो दी नार नू बड़ी है ना हट्टी पट्टी पाहे प्यार नू, बड़ी है ना हट्टी पट्टी पाहे प्यार नू। ओ आदमे कसूर कोई कहते आत्मे कसूर कोई ना पंजाब दा, क्योंकि पता ही है हर पासे पंजाब पंजाब होई पुई है, पंजाब मर गया, पंजाब लै गया, पंजाब खा लिया, पंजाब च कुछ नहीं रह गया, पर पंजाब तो एक सूबा, माड़े तो असी हाँ जेडे माड़े काम करते हैं। पंजाब का की कसूर है, पंजाब का साडा बेचारा भार चकी फिर माड़े वो लोग ने, पंजाब माड़ा नहीं, माड़े वो लोग ने जेडे माड़े काम करते हैं। होया तो मैं कसूर कोई ना पंजाब दा, होया तो मैं कसूर कोई ना पंजाब दा, माड़े लीडरां ने है माड़िया सोचा ने है, माड़े लीडरां सुखा दा भूलिए गुलाम दा, माड़े लीडरां सुखा दा भूलिए गुलाम दा। साडे सत्कारयोग बिल बसरा जी, जसी भाजी साडे धमाई वाले, शमी भाजी दविंदर होनी सारे उन्होंने भी धन्यवाद है। हुण गल कलाकार बारे, कहते कलाकार लोगों बारे बहुत बोलते हैं, अपने भी दसनी चाहिए वैसे की है। जो कि परमात्मा माड़ी जी बांह फड़ लवे ना फिर लोगों दी नुक्श कटना शुरू कर देंगे, जिमें जिहदा विआह होया हुंदा फिर सारे पिंड वाले ने कहा तू एडियां कुआरियां फिरदियां जी, इह जी गल है की लिखिया तू तीर जी। ओ जो नींद के किसे नू पढ़ते सरकार ने, कलाकार की गल है। ओ जो नींद के किसे नू पढ़ते सरकार ने, ओ समझो हवा च आए कलाकार। ओ जो नींद के किसे नू पढ़ते सरकार ने, समझो हवा च आए कलाकार ने, उस समझो हवा च आए कलाकार ने। जे रब फड़े वा, जे रब फड़े वा, पैर नहीं छड़ी दे। हो जे रब फड़े वा, पैर नहीं छड़ी दे। ओ बुढ़े मापे घर क्यों नहीं बाहर कढ़ी दे। आपो अपने मां बाप के नाते जोड़ता तड़ी मार, जेड़ा अपने मां बाप का सत्कार नहीं करता समझो किसे दा नहीं करता। कई मेरे अर्गे होंदे अपनी मां ते अपने पिता नू बुढ़ा ते बुढ़ी, जो सस्ते सहुरा आ जाए फिर उही पैरी हाथ लाई जाते हैं, बापू जी माता जी किवें। जे अपने प्यो नू खुश नहीं करते सहुरे ने पहले नहीं खुश होना। हो जे रब फड़े बा, पैर नहीं छड़ी दे। ओ बुढ़े मापे घर चोनी बार कटी दे, ओ बुढ़े मापे घर चोनी बार कटी दे। बड़ी करारी है, कहता दिना इनू भी मूंह से कह दी आदत मेरे वाली पैगी। मैं कहा मेरी तो बड़ी भजन उठाई होती, तू कहते पंगा लेनी पर यह भी लैन लग गई। कहती कपड़ा पाइए ना कदे वे परदा, ये गीत नूं तां समझा रहा क्योंकि पहली बार गा रहे हैं। जदों बच्चा जां बच्ची घरों तैयार होकर जाता सब तो पहला ड्रेस उसकी मां बाप देखता, जे नहीं वधिया तुहानूं नहीं लगती तो लोगों को की वधिया लगेगी। इस करके
जिथे कहण की लोड़ हुंदी है कह दिया करो, ये साडा समाज है, साडा सभ्याचार है। कहिंदी कपड़ा पाइए ना कदे वे परदा, जचे सरदार ना जो मले जरदा। इस करके जेड़ा मेरा भाई कोई लाउंदा भी आ, हत्थ बन के बेनती आ, अज तो सू सौ लगे भी अज तो बाद जरदा कदे लाउणा दा की हथ नहीं लाउणा। सो की लिखिया बोल के देखो, क्योंकि मैं देखा हुआ पंगा लैके, बोल के देखो हार बहुत वधिया वधिया पैंदे आ। हुंदी पिंड दी दाती पैण सांझी सब दी, पर सच बोलन तो कदी नहीं डरूंगी, बोलती रहूंगी मैं। जिन्हां ने जो कहना कह देना, अपने ही ने कुछ नहीं हुंदा। मेरा ख्याल रखनी माड़ा जी। सही गल है, जो सच है वह सच है, सारे दे सामने है। तुसीं इन्ने सानू सुनना आए हो, सारे प्यार करन वाले हो, चंद लोग होंगे है, ये होने भी चाहिए है, ता ही तो इतने खड़े रहेंगे। जे सारी अपनी वाह वाह करन ते आ गए तो मैं लगता दिनों ची घरे जाके बैठ जाना। सही गल है। हो कपड़ा पाइए ना कदे बेपरदा, हो जज सरदार ना जो मले जरदा, हुंदी पिंड दी दाती पैण सांझी सब दी, ओ सच्ची गल झूठियां नूं कौड़ी लगदी दी, सच्ची गल झूठियां नूं कौड़ी लगदी। ओ रंग विच पंग पाउणा चंगा हुंदा नहीं, रंग बिच भंग पाउणा चंगा हुंदा नहीं, हो पी के खड़काई दा किसे दा कुंडा नहीं। की लिखिया ये गीतना च मैं भी स्वाद ले रहा। कहिंदे रंग बिच भंग पाउणा चंगा हुंदा नहीं, वो पी के खड़काई दा किसे दा कुंडा नहीं। जिहड़े रात नूं कुंडा खड़काउंदे ताड़ी मारियो मड़ जी। रंग बिच भंग पाउणा चंगा हुंदा नी, होपी के खड़काई दा किसे दा कुंडा नी, होपी के खड़काई दा किसे दा कुंडा नी। हो कल्ला कदे छड़िए ना धी पुत नू, हो कल्ला कदे छड़िए ना धी पुत नू। सारे आपो अपनी जवानी दे दिन चेते कर लो। दसवीं क्लास तक मां बाप अपने बच्चों नू नाल सौंदे हुंदे सी, बड़ा माण हुंदा सी। अजकल समा गलत आ गया, बच्चे नानकी जांदे सी, भूआ को जांदे, जाना भी चाहिए, पर अज डर बहुत लगता। समाज दे विच कहे जे आंसर आ गया जे तो सानू सचेत रहना पैंदा। की लिखिया, ओ कल्ला कदे छड़िए ना धी पुत नू, अब फैशना ने खा लिया गज लम्मी गुट नू, फैशना ने खा लिया गल लंबी गुत नू। ਇਹ ਸਮੇਂ ਪਹਿਲਾਂ ਦੀ ਗੱਲ ਕਰਗੀ ਤੂੰ। ਕਹਿੰਦਾ ਘਰ ਚ ਪਤਾ ਲਾ ਨੱਗੇ ਨੌਂ ਧੀ ਦਾ, ਜਦੋਂ ਸਿਰ ਤੇ ਚੁੰਨੀ ਹੁੰਦੀ ਸੀ ਪਤਾ ਹੁੰਦਾ ਸੀ ਵੀ ਘਰ ਦੀ ਨੌਂ ਫਿਰਦੀ। ਅੱਜ ਕੱਲ ਪਤਾ ਨਹੀਂ ਲੱਗਦਾ, ਪਹਿਲਾਂ ਤਾਂ ਨਣਦ ਨੇ ਚੁੰਨੀ ਲਾ ਕੇ ਕੀਲੀ ਤੇ ਟੰਗਤੀ ਹੈ, ਬਾਅਦ ਚ ਭਰਜਾਈ ਨੇ ਵੀ ਚੰਗੀ ਸੰਸਥਾ ਦਿਖਾਈ ਉਹਨੇ ਵੀ ਟੰਗਤੀ ਹੈ।
की लिखिया ओ करी च पता ना लगे नू दीदा सौरे कोलो पैग नू लगोगे वीदा करी च पता ना लगे नू दीदा सौरे कोलो पैग नू लगोगे पीदा जिते यारी लाइए उथे किल गड़िए ओ नारा पिछे लगना भरा छड़िए ओ नारा पिछे लगना भरा छड़िए ओ नारा पिछे लगना भरा छड़िए छड़ी दे वो सोनिए ले जाना तेनू फोड़ दे सोनिए ले जाना तेनू फोड़ दे सोनिए ले जाना ट्रैक्टर जिन्ने मर्जी आ गया ਜਿਹੜਾ ਨਜ਼ਾਰਾ ਫੋੜਦਾ ਨਾ ਜਿਵੇਂ ਬੁੱਲਦਾ ਤੇ ਫਰਕ ਹੀ ਬੜਾ ਬਿਲਕੁਲ ਨਵਾਂ ਗੀਤ ਹੈ ਉਹੀ ਪੇਸ਼ ਕਰਨ ਲੱਗੇ ਆ ਕਹਿੰਦਾ ਸੋਹਣੀਏ ਲਿਜਾਣਾ ਤੈਨੂੰ ਫੋੜ ਤੇ ਸਾਡੇ ਪਿੰਡ ਮੇਲਾ ਲੱਗਦਾ ਕਹਿੰਦੀ ਬੈਠੂਗੀ ਸ਼ਕੀਨਾ ਘੁੰਡ ਕੱਢ ਕੇ ਰੰਗ ਬੰਨ ਲੈ ਸੰਧੂਰੀ ਪੱਗ ਦਾ ਘੁੰਡ ਦੇ ਫਾਇਦੇ ਬਹੁਤ ਹੁੰਦੇ ਸੀ ਜਿਵੇਂ ਕਾਲੀ ਐਨਕ ਦੇ ਹੁੰਦੇ ਆ ਸੋ ਇਹੋ ਜਿਹੀ ਗੱਲ ਹੈ ਪਰ ਉਹਨੇ ਵੀ ਸੱਭਿਆਚਾਰ ਦੀ ਗੱਲ ਕੀਤੀ ਕਹਿੰਦੀ ਮੈਂ ਵੀ ਓਕਣ ਨਹੀਂ ਬਹਿਣਾ ਮੈਂ ਵੀ ਘੁੰਡ ਕੱਢ ਕੇ ਬਹਿਣਾ ਸੋ ਇਹੋ ਜੀ ਗੱਲ ਹੈ ਕਿ ਗਲਾਬ ਸੁਣਨ ਵਾਲਾ ਸਾਡੇ ਕੁਲਜੀਤ ਭਾਜੀ ਉਹਨਾਂ ਨੇ ਮਿਊਜ਼ਿਕ ਕੀਤਾ ਬਿਲਕੁਲ ਨਵਾਂ ਗੀਤ ਆਉਣ ਵਾਲਾ ਉਹੀ ਪੇਸ਼ ਕਰਨ ਲੱਗਾ ਜੀ ਉਹ ਸੋਹਣੀਏ ਲਿਜਾਣਾ ਤੈਨੂੰ ਫੋੜ ਤੇ ਸੋਹਣੀਏ ਲਿਜਾਣਾ ਤੈਨੂੰ ਫੋੜ ਤੇ ਪਿੰਡ ਆਪਣੇ ਤਾਂ ਮੇਲਾ ਲੱਗਦਾ ਸਾਡੇ ਪਿੰਡ ਮੇਲਾ ਲੱਗਦਾ ਆਇਆ ਬੱਕਰ
ਵੀ ਬਥੇਰਨੀ ਹੱਥਾਂ ਵਿੱਚ ਹੱਥ ਪਾ ਕੇ ਘੁੰਮਣਾ ਹੱਥਾਂ ਵਿੱਚ ਹੱਥ ਪਾ ਕੇ ਘੁੰਮਣਾ ਸਮਾਂ ਮਸਾ ਇਹੋ ਜਿਹੀ ਹਲਫ ਦਾ ਬੈਠੂਗੀ ਸ਼ੁਕੀਨਾ ਖੁੰਡ ਕੱਢ ਕੇ ਬੈਠੂਗੀ ਸ਼ੁਕੀਨਾ ਖੁੰਡ ਕੱਢ ਕੇ ਰੰਗ ਬੰਨ ਲਾ ਸਧੂਰੀ ਪੱਗ ਦਾ ਉਹ ਸੋਹਣੀਏ ਲਜਾਣਾ ਤੈਨੂੰ ਫੋੜਦੇ ਸਾਡੇ ਪਿੰਡ ਮੇਲਾ ਲੱਗਦਾ ਸੋਹਣੀਏ ਲਜਾਣਾ ਤੈਨੂੰ ਫੋੜਦੇ ਸਾਡੇ ਪਿੰਡ ਮੇਲਾ ਲੱਗਦਾ ਸ਼ਹਿਰ ਦੀ ਕੁੜੀ ਹੈ ਬਹੁਤ ਇਹਦੇ ਫਰਮਾਇਸ਼ ਕਰੀ ਜਾਂਦਾ ਕਹਿੰਦੇ ਬਾਈ ਉਹ ਸੁਣਾ ਦੇ ਇੱਥੇ ਮੈਂ ਤਾਂ ਕਿ ਸਾਰੇ ਨਵੇਂ ਸੁਣਾਦਾ ਕੋਈ ਗੱਲ ਨਹੀਂ ਹੈ ਕਿਉਂਕਿ ਦੁਆਬੇ ਦੇ ਪ੍ਰੋਗਰਾਮ ਬੜੇ ਲਾਉਣੇ ਔਖੇ ਨੇ ਅਤੇ ਸੁਣਾਉਣਾ ਬੜਾ ਔਖਾ ਪਰ ਉਸ ਮਾਲਕ ਦੀ ਕਿਰਪਾ ਦੇ ਨਾਲ ਤੁਹਾਡੇ ਚਰਨਾਂ ਦੇ ਦਾਸ ਬਣ ਕੇ ਆਤਮਾ ਸਿੰਘ ਅਤੇ ਅਮਰੂ ਜੀ ਜਿੰਨਾ ਵੀ ਸਫ਼ਰ ਤੈਅ ਕਰ ਰਹੇ ਹਾਂ ਫਿਰ ਉਸ ਮੌਲਾ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰਦੇ ਬਾਬਾ ਜੀ ਕਿਤੇ ਇਹ ਨਾ ਕਹਿੰਦੇ ਵੀ ਸਾਨੂੰ ਭੁੱਲ ਗਏ ਹਾਂ ਕਿਵੇਂ ਆ ਉਹ ਪਰੇ ਹੋ ਜਾ ਮਾੜਾ ਜਾ ਇਹ ਗੱਲ ਹੈਗੀ ਆ ਇਹ ਕਈ ਗੀਤ ਉਮਰ ਦੇ ਹਿਸਾਬ ਨਾਲ ਹੁੰਦੇ ਆ ਹੁਣ ਤੇਰਾ ਕੋਈ ਫਰਕ ਨਹੀਂ ਹੈਗਾ ਤੂੰ ਜਿੱਥੇ ਮਰਜ਼ੀ ਵੱਜ ਤੇ ਜਿੱਥੇ ਮਰਜ਼ੀ ਬਹਿ ਖਤਰਾ ਤਾਂ ਭੈਣ ਨੂੰ ਵੀ ਹੈ ਬੰਦਾ ਫਰੀ ਕਰਤਾ ਬਹੁਤ ਮਿਹਰਬਾਨੀ ਸ਼ੁਕਰੀਆ ਕਿਵੇਂ ਆ ਬਿਲਬਸ ਰੈਂਡ ਕੰਪਨੀ ਅੱਛਾ ਫਿਰ ਠੀਕ ਆ ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ ਹੈ ਕਿਤੇ ਸ਼ਹਿਰ ਦੀ ਸ਼ਸ਼ੀਲ ਕੰਨਿਆ ਪਿੰਡ ਵਿੱਚ ਵਿਆਹੀ ਜਾਂਦੀ ਹੈ ਜੱਟ ਦੀ ਕੋਠੀ ਖੇਤਾਂ 'ਚ ਪਾਈ ਹੋਈ ਹੈ ਉਹ ਸਾਰੀ ਰਾਤ ਨਹੀਂ ਸੌਂਦੀ ਤੇ ਘਰ ਵਾਲਾ ਪੁੱਛਦਾ ਭਗਵਾਨ ਨੇ ਕੀ ਗੱਲ ਹੋ ਗਈ ਸਾਰੀ ਰਾਤ ਨਹੀਂ ਸੌਂਦੀ ਗੇੜੇ ਕੱਢਦੀ ਰਹਿੰਦੀ ਬਹੁਤ ਮਿਹਰਬਾਨੀ ਸ਼ੁਕਰੀਆ ਨਾ ਨਾ ਮੈਨੂੰ ਪਹਿਲਾਂ ਪਤਾ ਬਿਲ ਬਸਰਾ ਜੀ ਹੈ ਮੇਰਾ ਭਰਾ ਬਈ ਅਤੇ ਬਹੁਤ ਮਾਣ ਵਾਲੀ ਗੱਲ ਜਦੋਂ ਕੈਨੇਡਾ ਜਾਂਦੇ ਹਾਂ ਸਾਡਾ ਬਹੁਤ ਮਾਣ ਸਤਿਕਾਰ ਕਰਦੇ ਹੋ ਸਾਰੇ ਪਰਿਵਾਰ ਉਹਨਾਂ ਦਾ ਵੀ ਧੰਨਵਾਦ ਹੈ ਕੁਲਦੀਪ ਥਾਂਦੀ ਜੀ ਐਂਡ ਪਾਰਟੀ ਅਤੇ ਕਹਿੰਦਾ ਸਾਰੀ ਰਾਤ ਤੂੰ ਗੇੜੇ ਕੱਢਦੀ ਰਹਿੰਦੀ ਹੈ ਵਿੱਚੋਂ ਬਿਮਾਰੀ ਕੀ ਕਹਿੰਦੀ ਜੀ ਬਿਮਾਰੀ ਤਾਂ ਕੋਈ ਨਹੀਂ ਮੈਂ ਤਾਂ ਡਰ ਲੱਗਦਾ ਰਹਿੰਦਾ ਲੈ ਜੇ ਕਹਿੰਦਾ ਡਰ ਲੱਗਦਾ ਰਹਿੰਦਾ ਕਿਸੇ ਸਿਆਣੇ ਤੋਂ ਲਿਆ ਕੇ ਤਵੀਤ ਤੇਰੇ ਗਲ 'ਚ ਪਾ ਦਿੰਦੇ
ਉਹ ਕਹਿੰਦੀ ਜੀ ਮੈਂ ਉਸ ਡਰ ਦੀ ਗੱਲ ਨਹੀਂ ਕਰਦੀ, ਮੈਂ ਤਾਂ ਤੁਹਾਨੂੰ ਇਹ ਕਹਿੰਦੀ ਹਾਂ ਵੀ ਕੋਈ ਅਸਲੇ ਦਾ ਲਾਇਸੈਂਸ ਬਣਾ ਲਓ, ਰਿਵਾਲਵਰ ਲੈ ਆਓ ਤੇ ਨਾਲ ਹੀ ਲਿਆਓ, ਇੱਕ ਨਾਲ ਹੀ ਲਿਆਓ, ਜੇ ਬਹੁਤੀ ਗੱਲ ਨਹੀਂ ਤਾਂ ਤਿੱਤਰ ਮਾਰਨ ਵਾਲੀ ਘਰੇ ਰੱਖ ਲਓ, ਬੰਦੇ ਦਾ ਭੈ ਜਿਹਾ ਰਹਿੰਦਾ। ਉਹ ਕਹਿੰਦਾ ਪਾਗਵਾਨ ਨੇ ਜੱਟ ਨਾਲ ਵਿਆਹ ਕਰਾ ਕੇ ਡਰ ਕਾਹਦਾ, ਪਹਿਲੀ ਗੱਲ ਜੱਟ ਦਾ ਦਬਕਾ ਬਹੁਤ ਹੈ, ਦੂਜੀ ਗੱਲ ਗਡਾਸੇ ਨੂੰ ਕਦੇ ਹੱਥ ਨਹੀਂ ਲਾਇਆ, ਉਹ ਜਿਹੜਾ ਕੌਲੇ ਦੇ ਨਾਲ 5 ਫੁੱਟ ਦਾ ਫੋੜਾ ਪਿਆ ਨਾ, ਜਦੋਂ ਖੜਕਦਾ ਤਾਂ 5 ਪਿੰਡਾਂ ਸੁਣਦਾ। ਉਹ ਫੋੜੇ ਦੀ ਗੱਲ ਕਰਨ ਲੱਗੇ ਆ, ਮਾਡਲ ਟਾਊਨ ਵਾਲੀ ਸੁਸ਼ੀਲ ਕੰਨਿਆ ਕੀ ਕਹਿੰਦੀ ਹੈ ਤੇ ਪਿੰਡਾਂ ਵਾਲਾ ਪਿੰਡੂ ਜੱਟ ਕੀ ਜਵਾਬ ਦਿੰਦਾ ਹੈ ਸੁਣ ਕੇ ਬਾਈ ਜੀ। ਇੱਕ ਗੱਲ ਸੁਣੀ ਸਰਦਾਰਾ ਵੇ, ਹੁਣ ਵਧੀਆ ਚੱਲੇ ਗੁਜ਼ਾਰਾ ਵੇ, ਤਿੰਨ ਮੰਜ਼ਿਲਾ ਪਾਇਆ ਚੁਬਾਰਾ ਵੇ, 24 ਕਿੱਲੇ ਕਰਦੀਆਂ 24 ਕਿੱਲੇ ਕਰਦੀਆਂ, ਗਹਿਣੇ ਵੀ ਲੈ ਕੇ ਵਾਲੀ ਆ, ਮੈਨੂੰ ਡਰ ਜਿਹਾ ਲੱਗਦਾ ਰਹਿੰਦਾ, ਮੈਨੂੰ ਡਰ ਜਿਹਾ ਲੱਗਦਾ ਰਹਿੰਦਾ, ਖੇਤਾਂ ਵਿੱਚ ਕੋਠੀ ਕੋਈ ਅਸਲਾ ਉਸਲਾ ਲੈ ਲੈ, ਖੇਤਾਂ ਵਿੱਚ ਕੋਠੀ ਵਾਲੀ ਆ। ਤੂੰ ਆਉਦਾ ਨਾ ਘਬਰਾਇਆ ਕਰੀ, ਬਹੁਤੀ ਨਾ ਟੈਨਸ਼ਨ ਪਾਇਆ ਕਰੀ, ਉਹ ਬੇਫਿਕਰ ਹੋ ਸੌਂ ਜਾ ਕਰ, ਬੇਫਿਕਰ ਹੋ ਸੌਂ ਜਾ ਕਰ, ਤੂੰ ਬਾਤ ਰਾਣੇ ਧਰਕੇ ਨੀ 5 ਪਿੰਡਾਂ ਨੂੰ ਸੁਣਦਾ, ਉਹ 5 ਪਿੰਡਾਂ ਨੂੰ ਸੁਣਦਾ, ਜਦ ਫੌੜਾ ਜੱਟਦਾ ਖੜਕੇ 5 ਪਿੰਡਾਂ ਨੂੰ ਸੁਣਦਾ, ਜਦ ਫੌੜਾ ਜੱਟਦਾ ਖੜਕੇ ਨੀ। ਕਹਿੰਦਾ ਜੱਟ ਸੁੱਤਾ ਪਿਆ ਵੀ ਜਾਗੇ ਨੀ, ਨੀਂਦ ਕਿੱਥੇ ਆਉਂਦੀ ਹੈ, ਜਦੋਂ ਫਸਲ ਪੱਕੀ ਹੋਵੇ ਤੇ ਬੱਦਲ ਚੜ ਕੇ ਆ ਜਾਵੇ, ਤੇ ਜਾਂ ਫਿਰ ਬੱਚੇ ਜਾਂ ਬੱਚੀ ਦਾ ਵਿਆਹ ਰੱਖਿਆ ਹੋਵੇ ਤੇ ਫਿਕਰ ਪਿਆ ਹੁੰਦਾ ਵੀ ਕਿਤੇ ਬੱਦਲਬਾਜ਼ੀ ਹੋ ਗਈ, ਕਿਤੇ ਉਹ ਕੰਮ ਨਾ ਹੋਵੇ ਵੀ ਜਲੇਬੀਆਂ ਪਾਣੀ 'ਚ ਤਰਦੀਆਂ, ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ। ਪਰ ਇਹਦੇ ਨਾਲ ਇੱਕ ਹੋਰ ਸੱਚਾਈ ਹੈ, ਪਹਿਲਾਂ ਬਾਬਾ ਕਾਲਾ ਮਹਿਰ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰੀ, ਕਿਉਂਕਿ ਜਿਹੜੇ ਸੰਧੂ ਗੋਤ ਵਾਲੇ ਆ ਨਾ, ਉਹਨਾਂ ਦੀ ਇੱਕੋ ਇੱਕ ਨਿਸ਼ਾਨੀ ਹੈ, ਜਦੋਂ ਉਹ ਸੌਂਦੇ ਉਹਨਾਂ ਸੁੱਤਿਆਂ ਪੈਂਦੀ ਵੀ ਅੱਖਾਂ ਖੁੱਲੀਆਂ ਰਹਿੰਦੀਆਂ ਨੇ। ਉਹਦੇ ਬਾਰੇ ਕੀ ਲਿਖਿਆ ਹੈ, ਜੱਟ ਸੁੱਤਾ ਪਿਆ ਵੀ ਜਾਗੇ ਨੀ, ਤਤ ਲੱਗ ਜੂ ਕਿਹੜਾ ਲੱਗੇ ਨੀ, ਮੈਂ ਆਪ ਟਪਾ ਦੂੰ ਭਾਗੇ ਨੀ, ਕੰਬਣ ਲੱਗ ਜਾ ਬਣ ਜਦੋਂ ਮੈਂ ਮਾਰਦਾ ਵਰਕੇ ਨੀ, 5 ਪਿੰਡਾਂ ਨੂੰ ਸੁਣਦਾ, ਹਾਂ 5 ਪਿੰਡਾਂ ਨੂੰ ਸੁਣਦਾ, ਜਦ ਫੌੜਾ ਜੱਟਦਾ, ਹਾਂ 5 ਪਿੰਡਾਂ ਨੂੰ ਸੁਣਦਾ, ਜਦ ਫੌੜਾ ਜੱਟਦਾ ਖੜਕੇ ਨੀ। ਦੇਖ ਲਓ ਸ਼ਹਿਰ ਵਾਲੀਆਂ ਦਾ ਹਾਲ, ਬਾਬੇ ਤੋਂ ਮੰਗਣਾ ਵੀ ਨਹੀਂ ਆਉਂਦਾ, ਉਹ ਇੱਕ ਨੇ ਨਹੀਂ ਕਹੀਦਾ ਹੁੰਦਾ, ਪਤਾ ਕਿਵੇਂ ਕਹੀਦਾ ਹੁੰਦਾ, ਘਰ ਵਿੱਚ ਆਪਾਂ ਦੋਈ ਵੇ, ਨਾ ਕਿਰਪਾ ਬਾਬੇ ਦੀ ਹੋਈ ਵੇ,
ਗੱਲਾਂ ਹੀ ਆਉਂਦੀਆਂ ਤੇ ਗੱਲਾਂ ਦਾ ਹੀ ਆਪਾਂ ਖੱਟਿਆ ਖਾਂਦੇ ਆ। ਹੋਰ ਹੈ ਵੀ ਕੀ ਘਾਲੜੀ ਜਿਹਾ ਹੈ ਕੀ ਨਹੀਂ ਤੀ ਕਿੱਲੇ ਘਰਦੀ ਆ ਸੱਤ ਕਿੱਲੇ ਨਾਨਕਿਆਂ ਦੀ ਆਉਂਦੀ ਹੈ ਤਿੰਨ ਵਿਆਹ ਹੋਏ ਹੋਏ ਨੇ ਚੌਥੀ ਦੀ ਤਿਆਰੀ ਆ ਹੋਰ ਕੀ ਚਾਹੀਦਾ ਨਾ ਤੇਰੇ ਅੱਛੇ ਦਿਨ ਕਾਦ ਆ ਜਾਣਗੇ ਆ ਤੁਮੇ ਹਲੇ ਤਾਂ ਸਾਡੇ ਹੀ ਨਹੀਂ ਆਏ ਤੇਰੀ ਤਾਂ ਮਨ ਕੀ ਬਾਤ ਵੀ ਮਨ ਚ ਢਕਿਆ ਰਿਹਾ ਕਹਿੰਦਾ 23 ਕਿੱਲੇ ਘਰ ਦੀ ਆ ਤੇ ਪਤਾ ਨੀ ਸੱਤ ਸੁੱਤ ਕਿੱਲੇ ਕਿਹਦੇ ਤੇ ਅੱਖ ਰੱਖੀ ਹੈਗੀ ਵੈਸੇ ਤੂੰ ਨੰਗ ਭੋਖੀਆਂ ਆਤਮਿਆਂ ਤਾਂ ਹੀ ਤਾਂ ਕੋਈ ਟਿਕੀ ਨੀ ਰਹੀ ਗੱਲ ਤੇਰੀ ਆ ਗੱਲਾਂ ਬਹੁਤ ਆਉਂਦੀਆਂ ਜਿੰਨੀਆਂ ਮਰਜ਼ੀ ਸੁਣ ਲਓ ਗੱਲਾਂ ਤੇਰੇ ਕੋਲੋਂ ਅੱਜ ਮੈਂ ਦੇਖਦੀ ਹਾਂ ਕਿ ਆਤਮੇ ਨੂੰ ਮੇਰੀਆਂ ਗੱਲਾਂ ਦੇ ਜਵਾਬ ਕਿੰਨੇ ਗਾਉਂਦੇ ਆਤਮਾ ਜੀ ਹਾਂਜੀ ਮੈਮ ਮੈਨੂੰ ਕੋਈ ਦੋ ਗੱਲਾਂ ਇਹੋ ਜਿਹੀਆਂ ਦੱਸੋ ਦੋ ਦੋ ਕਿੰਨੀਆਂ ਦੋ ਇੱਕ ਤੇ ਮੈਂ ਖੁਸ਼ ਹੋਵਾਂ ਏਦਾਂ ਤਾਂ ਸਾਡੀ ਮੱਝ ਕਰਦੀ ਆ ਇੱਕ ਤੇ ਮੈਂ ਖੁਸ਼ ਹੋਵਾਂ ਤੇ ਦੂਜੇ ਤੇ ਮੈਨੂੰ ਗੁੱਸਾ ਆ ਜਾ ਗੁੱਸਾ ਤਾਂ ਤੈਨੂੰ ਪੈਰ ਪੈਰ ਤੇ ਆਉਂਦਾ ਰਹਿੰਦਾ ਪਰ ਅਸੀਂ ਪਰਸੋਂ ਵਾਅਦਾ ਕਰ ਲਿਆ ਵੀ ਜੂ ਤੋਂ ਬਿਨਾਂ ਅਸੀਂ ਬੋਲਣਾ ਨੀ ਕੀ ਕਿਹਾ ਕਾਹਤੋਂ ਬਿਨਾਂ ਜੂ ਤੋਂ ਬਿਨਾਂ ਆਪਾਂ ਬੋਲਣਾ ਨੀ ਕਹਿੰਦੀ ਮੈਨੂੰ ਦੋ ਗੱਲਾਂ ਇਹੋ ਜਿਹੀਆਂ ਦੱਸੋ ਇੱਕ ਤੇ ਮੈਂ ਖੁਸ਼ ਹੋਵਾਂ ਤੇ ਦੂਜੀ ਤੇ ਮੈਨੂੰ ਗੁੱਸਾ ਆਵੇ ਅਮਨ ਰੋਜੀਏ ਹਾਸੇ ਵਾਲੀ ਗੱਲ ਹੈ ਹੱਸਣਾ ਅਮਨ ਰੋਜੀਏ ਤੂੰ ਮੇਰੀ ਜ਼ਿੰਦਗੀ ਹੈ ਹੱਸਣ ਨੂੰ ਕਿਹਾ ਐਕਣ ਤਾਂ ਭੁੱਖੀ ਬੱਕਰੀ ਕਰ ਦਿੰਦੇ ਤੁੱਕਿਆਂ ਨੂੰ ਅਮਨ ਰੋਜੀਏ ਤੂੰ ਮੇਰੀ ਜ਼ਿੰਦਗੀ ਹੈ ਤੇ ਦੂਜੀ ਫਿੱਟੇ ਮੂੰਹ ਇਹੋ ਜਿਹੀ ਜ਼ਿੰਦਗੀ ਦੇ ਆਤਮਾ ਜੀ ਗੌਰ ਜ਼ਰੂਰ ਕਰਿਓ ਮੇਰੀ ਗੱਲ ਤੇ ਉਹ ਕਹੇ ਬਿਨਾ ਵੀ ਰਹਿਣੀ ਹੁੰਦਾ ਸੁਣ ਕੇ ਜਾਈ ਜਵਾਨਾ ਦੁਨੀਆਂ ਦੇ ਆਇਆ ਬੁਰਾ ਜ਼ਮਾਨਾ ਵਕੀਤ ਨੂੰ ਵਕੀਤ ਨੂੰ ਵਕੀਤ ਨੂੰ ਭੀੜ ਪਈ ਬਣਿਆ ਫਿਰੇ ਜਨਾਨਾ ਵਕੀਤ ਨੂੰ ਭੀੜ ਪਈ ਬਣਿਆ ਫਿਰੇ ਜਨਾਨਾ ਵਕੀਤ ਨੂੰ ਭੀੜ ਪਈ ਦੇਖੋ ਮੇਰਾ ਸਬਰ ਕਿੰਨਾ ਮੈਂ ਕਿੰਨੀ ਕੁੱਤੇ ਖਾਣੀ ਕਰਾਉਣਾ ਇਹ ਕਰਾਉਣਾ ਕਿਹਦੀ ਖਾਤਰ ਅਫੀਸ਼ੀਅਲ ਖਾਤਰ ਵਧੀਆ ਨੌਕਰੀਆਂ ਦੀ ਮੌਜ ਨਾਲ ਘਰੇ ਬੈਠਾ ਪਰ ਭੈਣੇ ਗੱਲ ਸੱਚੀ ਕਹਿਣ ਤੋਂ ਡਰੀਦਾ ਨਹੀਂ ਹੁੰਦਾ ਔਰਤਾਂ ਤਿੰਨ ਬੰਦਿਆਂ ਦੀ ਬਹੁਤ ਜ਼ਿਆਦਾ ਮੰਨਦੀਆਂ ਓਏ ਤੂੰ ਕਹਿੰਦੀ ਹੋਵੇਂ ਸਭ ਤੋਂ ਪਹਿਲਾਂ ਘਰ ਵਾਲੇ ਦੀ ਮੰਨਦੀਆਂ ਪਰ ਔਰਤਾਂ ਤਿੰਨ ਬੰਦਿਆਂ ਦੀ ਬਹੁਤ ਜ਼ਿਆਦਾ ਮੰਨਦੀਆਂ ਨੇ ਸਭ ਤੋਂ ਪਹਿਲਾਂ ਵੱਧ ਮੰਨਦੀਆਂ ਨੇ ਟੇਲਰ ਮਾਸਟਰ ਦੀ ਇੱਥੋਂ ਸੂਟ ਡਿਜ਼ਾਈਨਰ ਹੋਵੇ ਇੱਥੋਂ ਥੋੜ੍ਹਾ ਜਿਹਾ ਫਲਫੀ ਹੋਵੇ ਫਲਾਨਾ ਤੂੰ ਕਹਿੰਦਾ ਉਹ ਗਹਾਲਾ ਧੂੜ ਕੱਢ ਦਿੰਦਾ ਸਭ ਤੋਂ ਪਹਿਲਾਂ ਔਰਤਾਂ ਮੰਨਦੀਆਂ ਨੇ ਟੇਲਰ ਮਾਸਟਰ ਦੀ ਤੇ ਦੂਜੀ ਮੰਨਦੀਆਂ ਬਿਊਟੀ ਪਾਰਲਰ ਵਾਲਿਆਂ ਦੀ ਉਹੀ ਕਹਿੰਦਾ ਜੀ ਫੇਸ਼ੀਅਲ ਕੱਲ੍ਹ ਆਇਆ ਤਾਂ ਨਿਖਾਰ ਦੂਗਾ ਉਹ ਕਹਿੰਦੀ ਚਾਹੇ ਰੁਪਈਆ 20,000 ਲੈ ਲਾ ਪਰ ਮੇਰਾ ਮੂੰਹ ਚਮਕਣਾ ਚਾਹੀਦਾ ਬਿਊਟੀ ਪਾਰਲਰ ਵਾਲੇ ਨੇ ਬੜੀਆਂ ਮੰਨਦੀਆਂ ਤੀਜੀ ਗੱਲ ਕਿਹਨਾਂ ਦੀ ਮੰਨਦੀਆਂ ਆ ਫੋਟੋ ਵਾਲਿਆਂ ਦੀ ਜਦੋਂ ਕਹਿੰਦੇ ਨਾ ਮੈਡਮ ਐਂ ਪੋਜ ਕਰੇ ਓਏ ਹੋਏ ਹੋਏ ਪਰ ਨਾਲ ਲੱਗਦੀ ਇਹ ਆ ਵੀ ਜਨਾਨੀਆਂ ਜਨਾਨੀਆਂ ਹੁੰਦੀਆਂ ਓਏ ਪਰ ਇੱਕੋ ਇੱਕ ਮਹਿਕਮਾ ਜਿਹਨੂੰ ਮੈਂ ਸਲੂਟ ਕਰਦਾ ਜਿਹੜਾ ਔਰਤ ਨੂੰ ਨੌਕਰੀ ਨਹੀਂ ਦਿੰਦਾ ਮਨਰੋਜੀਏ
ਜਿੱਦਾਂ ਦਬਕੇ ਮਾਰਦਾ ਭਾਈ ਸਾਨੂੰ ਚਾਹੀਦੀ ਵੀ ਨਹੀਂ। ਨਾਲੇ ਇੱਕ ਗੱਲ ਸੁਣ, ਕਿਹੜੀ ਸਦੀ ਚ ਰਹਿਣਾ ਆਤਮਿਆ, ਔਰਤਾਂ ਤਾਂ ਚੰਦਰਮਾ ਤੇ ਪਹੁੰਚ ਗਈਆਂ, ਚੰਦਰਮਾ ਤੇ। ਤੁਸੀਂ ਕਿਹੜਾ ਨਿੱਕਾ ਜਿਹਾ ਮਹਿਕਮਾ ਕੱਢ ਲਿਆ, ਔਰਤਾਂ ਕਹਿੰਦੀ ਚੰਦਰਮਾ ਤੇ ਪਹੁੰਚ ਗਈਆਂ। ਔਰਤਾਂ ਚੰਦਰਮਾ ਤੇ ਤਾਂ ਗਈਆਂ ਕਿਉਂਕਿ ਚੰਦਰਮਾ ਠੰਡਾ ਹੁੰਦਾ। ਕਦੇ ਸੂਰਜ ਕੋ ਗੇੜਾ ਮਾਰ ਕੇ ਦਿਖਾਉਣ ਕਿਉਂ ਨਾ ਮੋਮਬੱਤੀ ਬਣਾ ਦੇਵੇ। ਪਰ ਇੱਕੋ ਇੱਕ ਮਹਿਕਮਾ ਜਿਹਨੂੰ ਮੈਂ ਸਲੂਟ ਕਰਦਾ, ਜਿਹੜਾ ਔਰਤ ਨੂੰ ਨੌਕਰੀ ਨਹੀਂ ਦਿੰਦਾ। ਪੰਜਾਬ ਪੁਲਿਸ ਦੇ ਵਿੱਚ ਮੇਰੀਆਂ ਭੈਣਾਂ ਨੌਕਰੀ ਕਰਦੀਆਂ, ਬੈਂਕਾਂ ਵਿੱਚ ਮੇਰੀਆਂ ਭੈਣਾਂ ਨੌਕਰੀ ਕਰਦੀਆਂ, ਇੱਥੇ ਤੱਕ ਕਿ ਬੱਸ ਕੰਡਕਟਰ ਵੀ ਮੇਰੀਆਂ ਭੈਣਾਂ ਲੱਗੀਆਂ ਹੋਈਆਂ। ਪਰ ਉਸ ਮਹਿਕਮੇ ਤੋਂ ਬਾਰੇ ਬਾਰੇ ਜਾਂਦੇ ਹਾਂ ਜਿਹਨੇ ਔਰਤ ਨੂੰ ਨੌਕਰੀ ਤਾਂ ਕੀ ਦੇਣੀ ਆ, ਦਫ਼ਤਰ ਅੰਦਰ ਪੈਰ ਨਹੀਂ ਪਾਉਣ ਦਿੰਦਾ। ਉਹ ਕਿਹੜਾ ਮਹਿਕਮਾ, ਫਾਇਰ ਬ੍ਰਿਗੇਡ ਦਾ ਮਹਿਕਮਾ, ਅੱਗ ਬੁਝਾਊ ਮਹਿਕਮਾ। ਹੁਣ ਤੂੰ ਕਹਿੰਦੀ ਹੋਵੇਗੀ ਵੀ ਫਾਇਰ ਬ੍ਰਿਗੇਡ ਵਾਲੇ ਔਰਤ ਨੂੰ ਨੌਕਰੀ ਕਾਹਤੇ ਨਹੀਂ ਦਿੰਦੇ। ਉਹ ਔਰਤ ਨੂੰ ਨੌਕਰੀ ਤਾਂ ਨਹੀਂ ਦਿੰਦੇ ਕਿਉਂਕਿ ਔਰਤ ਅੱਗ ਲਾਉਣ ਜਾਣਦੀ ਆ ਪਰ ਬਾਈ ਬੁਝਾਉਣ ਨਹੀਂ ਜਾਣਦੀ। ਆਜੂ ਸਾਰਾ ਝੜਕੇ ਨੀ ਪੰਜ ਪਿੰਡਾਂ ਨੂੰ ਸੁਣਦਾ, ਉਹ ਪੰਜ ਪਿੰਡਾਂ ਨੂੰ ਸੁਣਦਾ ਜਦ ਪੌੜਾ ਜੱਟਦਾ, ਪੰਜ ਪਿੰਡਾਂ ਨੂੰ ਸੁਣਦਾ ਜਦ ਪੌੜਾ ਜੱਟਦਾ, ਖੜਕੇ ਨੀ ਪੌੜਾ ਜੱਟਦਾ, ਖੜਕੇ ਨੀ ਪੌੜਾ ਜੱਟਦਾ, ਖੜਕੇ ਨੀ ਪੌੜਾ ਜੱਟਦਾ, ਖੜਕੇ ਨੀ ਜੱਗ ਵਿੱਚ ਹੋਣ ਥੋੜੀਆਂ। ਆ ਜਾ ਆ ਜਾ, ਹਾਏ ਰੱਬਾ, ਬੀਬੀ ਨਾਲ ਨਹੀਂ ਆਈ ਹੋਣੀ। ਇੱਕੋ ਗੱਲ ਕਹੀਦਾ, ਸਾਲੀ ਵਾਲਾ ਲਾ ਦੇ, ਸਾਲੀ ਇਹਦੇ ਤਾਂ ਨਹੀਂ ਲੱਗਦੀ, ਗੁਆਂਢੀਆਂ ਜ਼ਰੂਰ ਹੋਊਗੀ। ਦੁਆਬਾ.com ਵਾਲੇ ਸਾਡੇ ਕਰਦੇ ਬੰਦੇ ਆਵੇ, ਪਰ ਪਿਓ ਦੇ ਪੁੱਤ ਕਿਤੇ ਉਹ ਨਾ ਲਿਖ ਲੁਖ ਕੇ ਪਾ ਦਿਓ, ਤੁਹਾਤੋਂ ਡਰ ਬਹੁਤ ਲੱਗਦਾ। ਦੁਆਬਾ.com ਦੇ ਨਾਲ ਜ਼ੋਰਦਾਰ ਤਾੜੀ ਮਾਰ ਦਿਓ। ਇੱਕ ਗੱਲ ਪੱਕੀ ਹੈ ਬਈ, ਮੈਂ ਮਾੜੀ ਜਿਹੀ ਗੱਲ ਕਹਿਣ ਲੱਗਾ ਵੀ ਕਿਸੇ ਦੀ ਸ਼ਕਲ ਨਾ ਰਹਿ ਜਾਵੇ ਦੇਖਣ ਤੋਂ। ਇਹ ਆਪਣਾ ਵਿਊ ਆਪਾਂ ਨੂੰ ਤਾਂ ਮਿਲਣੇ ਆ ਕਿਉਂਕਿ ਆਪਾਂ ਇਹਨਾਂ ਦੇ ਬਣਾਏ ਹੋਏ ਹਾਂ। ਇਸ ਕਰਕੇ ਮਾੜਾ ਮੋਟਾ ਚਿਹਰਾ ਘੁਮਾ ਵੀ ਦਿਆ ਕਰੋ। ਸਾਡਾ ਬੰਦਾ ਮਾੜਾ ਜਿਹਾ ਉੱਥੇ ਜਾ ਕੇ ਬੈਠਾ, ਪਤਾ ਕੀ ਕਹਿੰਦਾ, ਥੱਲੇ ਚੱਲ ਓਏ। ਕਿਉਂ ਹੁਣ ਹੱਸਦਾ, ਬਹੁਤ ਕੁ ਦਿਨ ਨਿਕਲਦੀਆਂ ਨੇ। ਮੇਰੇ ਭਰਾ ਆਏ ਨੇ ਬਈ ਮੋਹਾਲੀ ਤੋਂ, ਤਕਰੀਬਨ ਦੁਆਬੇ ਦੇ ਸਾਰੇ ਪ੍ਰੋਗਰਾਮ ਆਉਂਦੇ ਨੇ, ਇਹਨਾਂ ਲਈ ਵੀ ਤਾੜੀ ਮਾਰ ਦਿਓ ਕਿਉਂਕਿ ਬਹੁਤ ਦੂਰ ਤੋਂ ਆਉਂਦੇ। ਬਹੁਤ ਧੰਨਵਾਦ, ਮਿਹਰਬਾਨੀ। ਇੱਕ ਸਾਡਾ ਵਾਅਦਾ ਵੀ ਧਾਰਮਿਕ ਸ਼ੁਰੂ ਕਰਕੇ ਬੋਲੀਆਂ ਪਾ ਕੇ ਉਤਰੀਏ, ਕਿਉਂਕਿ ਤੁਸੀਂ ਸਾਨੂੰ ਪਿਆਰ ਬਹੁਤ ਕਰਦੇ ਹੋ, ਪਰ ਗੱਲਾਂ ਬਾਤਾਂ ਮਾਰ ਕੇ ਟਾਈਮ ਲਗਾਉਣ ਦੀ ਸਾਡੀ ਆਦਤ ਹੈ ਨਹੀਂ। ਸੁਣੋ ਉਹ ਗੀਤ ਜਿਸ ਗੀਤ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ। ਕਹਿੰਦਾ ਜੋੜੀਆਂ ਜੱਗ ਵਿੱਚ ਹੋਣ ਥੋੜੀਆਂ, ਕਹਿੰਦੇ ਸੱਚ ਸਿਆਣੇ, ਰਿਸ਼ਤੇ ਵਿੱਚ ਵਿਚੋਲਾ ਪਾਇਆ ਲਾ ਦਿੰਦਾ ਗੱਲ ਟਿਕਾਣੇ, ਪਰ ਬਹੁਤੀ ਦੇਰ ਛਪਾਣੀ ਹੁੰਦਾ ਸਾਕਾਂ ਦੇ ਵਿੱਚ ਓਲਿਆਂ ਨੂੰ, ਕਹਿੰਦਾ ਵਿਆਹ ਕਰਵਾ ਕੇ ਮਗਰੋਂ ਫਿਰ ਪੁੱਛਦਾ ਕੌਣ ਵਿਚੋਲਿਆ। ਵਿਚੋਲੇ ਦੋ ਕਿਸਮ ਦੇ ਆ, ਇੱਕ 24 ਕੈਰਟ ਦੇ ਸੋਨੇ ਵਰਗੇ ਤੇ ਇੱਕ ਵਿੱਚ ਓਲਾ। ਜਿਹੜੇ 2 ਨੰਬਰ ਦੇ ਵਿਚੋਲੇ ਉਹਨਾਂ ਦਾ ਹਾਲ ਬੜਾ ਭੈੜਾ ਹੁੰਦਾ। ਜਿਸ ਦਿਨ ਬਰਾਤ ਚੜ੍ਹਦੀ ਹੈ ਲਿਮੋਜਨ ਵਿੱਚ ਬਹਿ ਕੇ, ਜਦੋਂ ਬਰਾਤ ਪੈਲਸ ਪਹੁੰਚ ਜਾਂਦੀ ਆ, ਜਦੋਂ ਸਾਡੀਆਂ ਕੁੜੀਆਂ ਚਿੜੀਆਂ ਰੀਬਨ ਕਟਾਉਂਦੀਆਂ, ਇੰਨੀ ਦੇਰ ਨੂੰ 1-2 ਗਲਾਸ ਜੂਸ ਦੇ ਪੀ ਕੇ ਨਾਲੇ ਜੁਆਕਾਂ ਨੂੰ ਪੁੱਛਣਾ ਦੇ ਪੁੱਤ ਇੱਥੇ ਮਿੰਨੀ ਬੱਸ ਕਿੰਨੇ ਵਜੇ ਆਉਂਦੀ ਹੈ।
ਉਹ ਕਹਿੰਦੇ ਬਾਪੂ ਬਹਿ ਕੇ ਲਿਮੋਜਨ ਵਿੱਚ ਆਇਆ ਸੀ ਪੁੱਛਦਾ ਫਿਰਦਾ ਮਿੰਨੀ ਬਸ, ਕਹਿੰਦਾ ਪੁੱਤ ਕੰਮੇ ਇਹੋ ਜਿਹੇ ਕੀਤੇ। ਸੋ ਜ਼ਿੰਦਗੀ 'ਚ ਇੱਕ ਵਾਰ ਵਿਚੋਲਾ ਜ਼ਰੂਰ ਬਣਨਾ ਚਾਹੀਦਾ, ਪਰ ਚਾਹੀਦਾ 24 ਕੈਰਟ ਦੇ ਸੋਨੇ ਅਰਗ। ਇੱਕ ਗੱਲ ਪੱਕੀ ਆ ਵੀ ਦੁਆਬੇ ਵਾਲੇ ਕਦੇ ਝੂਠ ਨਹੀਂ ਬੋਲਦੇ। ਜਿਹਨਾਂ ਦੇ ਵਿਆਹ ਹੋਏ ਹੋਏ ਨੇ, ਜਿਹੜੇ ਆਪਣੇ ਵਿਚੋਲੇ ਤੋਂ ਖੁਸ਼ ਆ, ਤਾੜੀ ਮਾਰਿਓ ਮਾੜੀ ਜੀ। ਇਹ ਤਾੜੀ ਉਹਨਾਂ ਨੇ ਮਾਰੀ ਇੱਧਰ ਨੂੰ ਦੇਖ ਕੇ, ਵੀ ਉਹ ਤਾਂ ਨਹੀਂ ਦੇਖਦੀ ਕਿਤੇ। ਰੱਖ ਲਓ ਭੈਣੋ ਕਰਵਾ ਚੌਥ ਦੇ ਵਰਤ ਇਹਨਾਂ ਦੀ ਖਾਤਰ। 16-16 ਘੰਟੇ ਭੁੱਖੀਆਂ ਪਿਆਸੀਆਂ, ਚੰਦਰਮਾ ਹੁਣ ਚੜ੍ਹਿਆ, ਚੰਦਰਮਾ ਹੁਣ ਚੜ੍ਹਿਆ। ਆ ਪਿਓ ਦੇ ਪੁੱਤ ਪਤਾ ਨਹੀਂ ਕਿੱਥੇ ਚੰਦਰਮਾ ਚੜ੍ਹਾਈ ਬੈਠੇ। ਤਾੜੀ ਤਾਂ ਰੂਪ ਲਾਲ ਧੀਰ ਨੇ ਵੀ ਨਹੀਂ ਮਾਰੀ ਭੈਣੇ। ਇਹ ਤਾਂ ਹੁਣ ਤੂੰ ਵੈਸੇ ਉਹਦਾ ਮਾਣ ਜਿਹਾ ਰੱਖਦੀ, ਕੰਮ ਤਾਂ ਠੀਕ ਠਾਕ ਲੱਗਦਾ। ਬਾਅਦ ਚ ਕਹੋਗੇ ਵੀ ਆਤਮਾ ਚੰਗਾ ਸੱਦਿਆ, ਸਾਡੇ ਘਰ ਦੀ ਪੋਲ ਖੋਲ ਗਿਆ। ਮੈਂ ਵੀ ਕਿਹਾ ਬੰਦਾ ਪਰੇ ਪਰੇ ਕਦੇ ਫਿਰਦਾ। ਇਹ ਭੈਣੇ ਕਰਵਾ ਚੌਥ ਦਾ ਕੰਮ ਆ ਸਾਰਾ। ਇੱਕ ਗੱਲ ਪੱਕੀ ਆ, 4 ਵਜੇ ਕੁੰਡੀ ਲਾ ਕੇ ਰੱਖ ਲਿਆ ਕਰੀ, ਜਦ ਜਦ ਤੱਕ ਚੜ੍ਹਦਾ ਨਹੀਂ ਚੰਦਰਮਾ ਜਾ ਨਹੀਂ ਦੇਣਾ। ਸਲਾ ਸ਼ਹੀਦ ਆਜਮ ਸਰਦਾਰ ਪੰਕਜ ਸਿੰਘ ਉਹਨਾਂ ਦਾ ਜ਼ੋਰਦਾਰ ਤਾੜੀ ਮਾਰਦੇ, ਕਿਉਂਕਿ ਸਾਡਾ ਉੱਥੇ ਵੀ ਪ੍ਰੋਗਰਾਮ ਹੈ ਸ਼ਾਇਦ 30 ਤਰੀਕ ਦਾ। ਤਾਰੇ ਤੈਨੂੰ ਟੇਟਾਂ ਲਿਖਾਈਆਂ ਜੀ ਸਾਰੀਆਂ, ਹੈ 13 ਲਿਖਾਈਆਂ ਜੀ, ਹੋਰ ਲਿਖਾਈਆਂ ਵੀ ਤੇਰੇ ਮੁੱਛਾਂ ਨੂੰ ਡਰ ਗਏ ਉਹ। ਸੁਣਾਓ ਉਹੀ ਗੀਤ ਜੋੜੀਆਂ ਜਾ ਕੇ ਵਿੱਚ ਹੋਣ ਥੋੜੀਆਂ ਹਜ਼ਾਰ। ਜੋਗਾ ਜੀ ਕਿੱਦਾਂ ਹੋ ਚੋੜੀਆਂ ਜੱਗ ਵਿੱਚ ਹੋਣ ਤੋੜੀਆਂ, ਚੋੜੀਆਂ ਜੱਗ ਵਿੱਚ ਹੋਣ ਤੋੜੀਆਂ, ਕਹਿੰਦੇ ਸੱਚ ਸਿਉਣੀ ਵੀ ਰਿਸ਼ਤੇ ਵਿੱਚ ਵਿਚੋਲਾ ਪਾਇਆ, ਲਾਤੇ ਦਾ ਗੱਲ ਟਕਾਣੇ ਵੇ ਰਿਸ਼ਤੇ ਵਿੱਚ ਵਿਚੋਲਾ ਪਾਇਆ, ਲਾਤੇ ਦਾ ਗੱਲ ਟਕਾਣੇ ਵੇ ਬਹੁਤੀ ਦੇਰ ਛਪਾ ਨਹੀਂ ਹੁੰਦਾ, ਬਹੁਤੀ ਦੇਰ ਛਪਾ ਨਹੀਂ ਹੁੰਦਾ ਸਾਕਾਂ ਦੇ ਵਿੱਚ ਓਲਿਆਂ ਨੂੰ। ਵਿਆਹ ਕਰਵਾ ਕੇ ਮਗਰੋਂ, ਵਿਆਹ ਕਰਵਾ ਕੇ ਮਗਰੋਂ, ਕੀ ਪੁੱਛਦਾ ਕੌਣ ਵਿਚੋਲਿਆਂ, ਵਿਆਹ ਕਰਵਾ ਕੇ ਮਗਰੋਂ, ਕੀ ਪੁੱਛਦਾ ਕੌਣ ਵਿਚੋਲਿਆਂ ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ ਜੋਜ ਅਮੀਰ, ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ ਜੋਜ ਅਮੀਰ। ਲੜ ਗਿਆ ਕਹਿੰਦਾ ਪੈਸੇ ਦੇ ਕੇ ਆਉਣੇ ਆਂਟੀ ਨੇ। ਇਹ ਗੀਤ ਸਾਡੇ ਅਮਦਾਦ ਅਲੀ ਸਾਹਿਬ ਨੇ ਸੰਗੀਤ ਕੀਤਾ ਇਹਦਾ। ਜੋਗਾ ਜੀ ਬਹੁਤ ਧੰਨਵਾਦ, ਮੈਂ ਪੈਸਿਆਂ ਨੂੰ ਨਹੀਂ ਕਿਹਾ ਸੀਗਾ, ਮੈਂ ਤਾਂ ਪੈਸੇ ਕਹਿ ਮੈਂ ਦੇਖਦਾ ਰਿਹਾ ਬੰਦਾ। ਗੁਆਚਿਆ ਥੋੜੋ ਆ, ਇਹ ਤਾਂ ਇਹਦੇ ਪਿਓ ਦੀ ਕਾਢ ਆ। ਨਾ ਨਾ ਕਿੰਨੀ ਜਲਦੀ ਨਹੀਂ ਪੈਣੇ, ਤੁਹਾਨੂੰ ਛਾਕਾ ਮੜੰਗਾ ਪੈਂਦਾ ਨਹੀਂ ਹੈਗਾ। ਇਹ ਟਰਾਈ ਹੋਰ ਸੀਗੀ, ਇਹ ਮੁੰਡੇ ਦੇ ਪਿਓ ਦੀ ਕਾਢ ਸੀਗੀ। ਕਿਹੜੀ? ਵੀ ਤੂੰ ਵੀ ਰੋਂਦਾ ਜਾ ਚਲੇ ਜਾ ਉੱਥੇ, ਜਦੋਂ ਤੈਨੂੰ ਮੈਡਮ ਚੱਕੂਗੀ ਨਾ ਮੈਂ ਤੈਨੂੰ ਫੜ ਕੇ ਲਿਆਉਂ। ਚੱਕ ਲਿਆ ਮੈਂ, ਉਹਨੇ ਨਾਲੇ ਭੇਜਤਾ ਭਗਵਾਨ ਨੂੰ, ਤੂੰ ਵੀ ਜਾ ਉਹਦਾ ਕੰਮ ਖਤਮ ਆ।
ਸਾਈ ਦੀ ਜੋੜੀਆਂ ਜੱਜ ਵਿੱਚ ਹੋਣ ਤੋੜੀਆਂ ਸਾਈ ਦੀ ਜੋੜੀਆਂ ਜੱਜ ਵਿੱਚ ਹੋਣ ਤੋੜੀਆਂ ਕਹਿੰਦੇ ਸੱਚ ਸਿਉਣੇ ਵੀ ਰਿਸ਼ਤੇ ਵਿੱਚ ਵਿਚੋਲਾ ਪਾਏ ਲਾ ਦਿੰਦਾ ਗੱਲ ਟਿਕਾਣੇ ਵੇ ਨੀ ਬਹੁਤੀ ਦੇਰ ਛਪਾਰੀ ਹੁੰਦਾ ਬਹੁਤੀ ਦੇਰ ਛਪਾਰੀ ਹੁੰਦਾ ਸਾਗਾਂ ਦੇ ਵਿੱਚ ਓਲਿਆਂ ਨੂੰ ਵਿਆਹ ਕਰਵਾ ਕੇ ਮਗਰੋਂ ਸ਼ਰਾਬਾਂ ਹੁੰਦੇ ਨੇ ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ
ਕਿੰਨਾ ਟਾਈਮ ਹੋ ਗਿਆ ਬਾਈ ਹੈਂ ਪਹਿਲਾਂ ਮੇਰੀ ਮੰਨ ਬੀਬੀ ਤੋਂ ਕਹਾ ਪਹਿਲਾਂ ਤਾਂ ਹੀ ਤਾਂ ਤੂੰ ਖੁੱਲ੍ਹਾ ਫਿਰਦਾ ਨਾ ਹੱਥ ਨਾ ਮੰਨ ਹੱਥ ਲਾ ਦੇਣੇ ਲਾ ਦੇ ਕੋਈ ਗੱਲ ਨਹੀਂ ਭਰਾ ਕਲਾਕਾਰਾਂ ਦਾ ਟਾਈਮ ਤਾਂ ਪਰ ਨਹੀਂ ਦੁਆਬੇ ਜਾ ਕੇ ਭੁੱਲ ਜਾਈਦਾ ਤੁਹਾਡਾ ਪਿਆਰ ਆ ਜਾ ਓਏ ਲਓ ਗੀਤ ਇਹ ਗੀਤ ਨਹੀਂ ਹੈ ਇਹ ਅਮਨ ਰੋਜੀ ਜੀ ਵੱਲੋਂ ਦੇਸੀ ਦਵਾਈ ਤਿਆਰ ਕੀਤੀ ਹੋਈ ਹੈ ਜਿਸ ਤਰ੍ਹਾਂ ਫਸਲ ਨੂੰ ਬੀਜਣ ਲੱਗਿਆ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਇਸੇ ਤਰ੍ਹਾਂ ਸਹੁਰੀ ਜਾਣ ਲੱਗਿਆ ਵੀ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਉਹ ਕਿਹੜੀਆਂ ਗੱਲਾਂ ਨੇ ਜੇਕਰ ਇਸ ਗੀਤ ਤੇ ਮਾੜਾ ਮੋਟਾ ਅਮਲ ਕੀਤਾ ਜਾਵੇ ਕਦੇ ਸਹੁਰਿਆਂ ਨਾਲ ਨਹੀਂ ਵਿਗੜਦੀ ਤੇ ਜਿਹਦੀ ਕਦੇ ਵਿਗੜੀ ਨਹੀਂ ਉਹਦਾ ਵਿਆਹ ਹੋਇਆ ਚਾਹੇ ਨਾ ਹੋਇਆ ਇੱਕ ਬਰਾਬਰ ਹੁੰਦਾ ਕਈ ਕਹਿੰਦੇ ਨੇ ਸਾਡਾ ਤਾਂ ਜੀ ਜਵਾਈ ਭਾਈ ਭਲਾ ਮਾਨਸਾ ਨਾ ਨਾ ਕਿਤੇ ਕਿਤੇ ਮਾੜੀ ਮੋਟੀ ਰੜਕ ਫੜਕ ਕਰਨੀ ਚਾਹੀਦੀ ਦੂਜਾ ਬਈ ਕਹਿੰਦੇ ਸਹੁਰਿਆਂ ਦੇ ਸਾਲ ਵਿੱਚ ਇੱਕ ਅੱਧੀ ਵਾਰੀ ਜਾਈਏ ਗੱਜ ਵੱਜ ਕੇ ਨਾਲ ਹੋਵੇ ਨਾਰ ਤਾਂ ਕਵੇਲੇ ਨਸ਼ੇ ਨਾਲ ਤੁਰੀਏ ਨਾ ਰੱਜ ਕੇ ਰਿਸ਼ਤੇਦਾਰੀ ਦੇ ਵਿੱਚ ਖਾਲੀ ਹੱਥ ਜਾਂਦੇ ਹੁੰਦੇ ਨਹੀਂ ਉਹ ਸੱਜਦੇ ਪਰ ਸਹੁਰਿਆਂ ਦੇ ਸਿਰਾਂ ਤੇ ਜਵਾਈ ਸੱਜਦੇ ਜੇ ਸਹੁਰੇ ਹੋਣ ਸੱਜਦੇ ਹੋਣ ਸੱਜਦੇ ਇੱਕ ਲਵ ਸੁਣਨ ਵਾਲਾ ਮੇਰਾ ਆਪਣਾ ਰਿਕਾਰਡ ਗੀਤ ਇਹ ਸ਼ਗਿਰਦ ਹੈ ਜੀ ਸਾਡਾ ਮੇਰਾ ਅਮਨ ਰੋਜੀ ਜੀ ਦਾ ਪਰ ਦਾੜੀ ਬੜੀ ਕਸੂਤੀ ਮਨਾਉਂਦਾ ਪਿਓ ਦਾ ਪੁੱਤ ਆਪ ਹੁਸਨ ਦੀ ਹੋਵੇ ਨਾ
ਖੜੇ ਤੇ ਤੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਸੁਰ ਜਾ ਜਾ ਆਪ ਹੁਸਨ ਦੀ ਹੋਵੇ ਨਾ ਮੁਖੜੇ ਤੇ ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ ਮੁਲਾਕਾਤ ਮਹਿਬੂਬ ਦੇ ਨਾਲ ਪਹਿਲੀ ਉਹ ਵੀ ਸੰਗ ਕੇ ਕੀਤੀ ਤਾਂ ਕੀ ਕੀਤੀ ਅਨਪੜਾ ਜੇ ਪੀਣ ਦਾ ਸ਼ੌਕ ਹੋਵੇ ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ ਅਨਪੜਾ ਜੇ ਪੀਣ ਦਾ ਸ਼ੌਕ ਹੋਵੇ ਉਹ ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ ਉਹ ਸੌਰੀਆਂ ਦੇ ਸਾਲ ਵਿੱਚ ਇੱਕ ਅੱਧੀ ਵਾਰੀ ਜਾਈਏ ਗੱਜ ਵੱਜ ਕੇ ਕਹਿੰਦੇ ਆਪਣੀ ਤਾਈ ਤੇ ਘਰ ਵਾਲੀ ਦੀ ਭਰਜਾਈ ਕਈ ਵੇ ਫੁਕਰੇ ਹੁੰਦੇ ਆ ਕਹਿੰਦੇ ਆਪਣੀ ਭਰਜਾਈ ਕੀ ਲਿਖਿਆ ਏ ਉਹ ਸਾਲੇ ਹਰ ਭੈਣ ਦੇ ਸਮਾਨ ਹੁੰਦੀ ਆ ਵੀ ਭਾਬੀ ਨੀ ਬਣਾਈ ਦੀ ਬੇਚੱਜੇ ਲੋਕਾਂ ਪਿੱਛੇ ਲੱਗ ਕੇ ਨੀ ਐਵੇਂ ਪੜਦੀ ਗਵਾਈ ਦੀ ਜੰਮ ਲਾਉਣ ਨਾਲ ਸ਼ਾਦੀਆਂ ਦੇ ਵਿੱਚ ਫਿਰੀ ਇਹਨਾਂ ਵੱਜਦੇ ਕਰਨਾ ਸੀ ਤੋ
एक बार की गल है अशोक भरा जी के घरे माता जी माणक साहब के घरों युद्धवीर जी सारे से गा रहे थे जो ये गीत लाया ना क्योंकि पहला तो उस उस्ताद कलाकार देना तो जोरदार ताड़ी मारी की कहता बिच लफ्ज की आया तेरे कन्ना दे वाले नी हरकने वो समा पक्का भाई कई बार लफज इन्ना इमोशनल कर देंगे कि अपने बारे बंदा आप ही सच दस दिंदा सो की लिखा है लफजां ते अमल कर लिया समझो सारा प्रोग्राम सुन लिया तुसीं क्योंकि साड़ी आत्मा ते रुझी दी इको एक साड़ी निश्चा भी साड़े लफज किसे नूं मुल पाउण कोई फायदा होवे कहिंदा सौहरियां नूं पाईए ना बगार पैसे दी भावें ब्याजू चकीए जिहड़े सौहरे ना दुद्ध च पत्ती पा के ड्राई फ्रूट नाल काजू दी बर्फी दिंदे आ ना जे उन्हां सौहरियां तों कितें पांच चार लख रुपया उधार लै लईए ना ओए होए होए रामू की दुकान तो पांच रुपये का भुजिया ते सवेर की बची हुई चाह गर्म करके दे दिंदे जवाई पाई तो उही होंदा भैणे फर्क पै जांदा उहदे बारे की लिखिआ कहिंदा सौहरियां नूं पाईए ना बगार पैसे की भावें ब्याजू चकीए ते नाल लगदी गल इह है भी औती आउंदी वेख के जमीन बिना रिश्ते की झाक रखी कई मापे अपने बच्चों नूं वध उमर दा तां कर लैंदे आ भी मेरे मुंडे नूं कोई उह साक आवे जिथे कुड़ियां कुड़ियां होण भी सारी जमीन साडे हिस्से आ जाए और मेरी बाबा जी दे चरणां च बेनती है कि बाबा जी कोई मेरी भैण भरा तो सखणी ना होवे नहीं तां बाद दे विच वंडियां पैंदियां रहिंदियां जोरदार ताड़ी आ Okay.
ਵੀ ਨਾ ਰਿਸ਼ਤੇ ਦੀ ਜਾਗ ਰੱਖੀਏ ਆਤਮਾ ਤਾਂ ਪਿੰਡ ਬੁੱਢੇ ਵਾਲ ਚੰਗੇ ਸਾਗ ਨੇ ਸਬੱਬੀ ਲੱਗਦੇ ਕਿਹੜੀ ਗੱਲ ਆ ਕਰਨ ਲਿਜਾਣ ਵਾਲੀ ਆਤਮਾ ਤਾਂ ਪਿੰਡ ਬੁੱਢੇ ਵਾਲ ਚੰਗੇ ਸਾਗ ਨੇ ਸਬੱਬੀ ਲੱਜਦੇ ਜਿਹਨਾਂ ਨੂੰ ਸਹੁਰੇ ਵਧੀਆ ਮਿਲਿਆ ਤਾੜੀ ਮਾਰੋ ਮਾੜੀ ਨਹੀਂ ਵੱਜਦੀ ਭੈਣੇ ਅਜੇ ਵੀ ਹੁਣ ਨੀ ਮੈਂ ਨੋ ਲੈਣਾ ਉਹ ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਜੱਜਦੇ ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਜੱਜਦੇ ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਜੱਜਦੇ ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਜੱਜਦੇ ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਹੁਣ ਜੱਜਦੇ ਮੈਨੂੰ ਇਹ ਭੈਣੇ ਸ਼ੱਕ ਪਈ ਜਾਂਦੀ ਆ ਵੀ ਜਿਹੜਾ ਇਹਨੂੰ ਜੀਜਾ ਕਹਿੰਦਾ ਉਹ ਕਿਹੋ ਜਿਹਾ ਹੋ ਆ ਜਾ ਬਾਈ ਮੈਂ ਸਾਰੇ ਸੁਣਾਉਣ ਮੈਂ ਕਿਹੜਾ ਭੱਜਦਾ ਕਿਉਂਕਿ ਅਜੇ ਮੈਂ ਕੁਸ਼ਤੀ ਵੀ ਕਰਨੀ ਆ ਬਾਅਦ ਸ਼ਾਇਦ ਜਦ ਮੈਨੂੰ ਮੋਟਰਸਾਈਕਲ ਦੇ ਦੇਣਾ ਇਹ ਭੁੱਲਦਾ ਨਹੀਂ ਪੋਦਾ ਪੁੱਤਾ ਜਦ ਤੱਕ ਇਹ ਸਾਹ ਵਗਦੇ ਰਹੇ ਭੈਣੇ ਚੇਤੇ ਕਰਾ ਦੀ ਸ਼ਾਮ ਨੂੰ ਸਲੋ ਇੱਕ ਭਗਤ ਸਿੰਘ ਦੀ ਫਰਮਾਇਸ਼ ਆ ਤੇ ਇੱਕ ਜੀਜਾ ਬਹਿ ਜੇ ਨਾ ਬਠਿੰਡੇ ਵਾਲਾ ਜੱਟ ਬਣ ਕੇ ਤੇ ਇੱਕ ਰਾਤ ਬਾਈ ਨੇ ਰਾਤ ਕੀ ਸੁਣਿਆ ਕਿਹੜੇ ਸੀ ਕੋਈ ਗੱਲ ਨੀ ਰਾਤ ਵਾਲੇ ਨੇ ਸੁਣਨਾ ਮੈਨੂੰ ਕਹਿੰਦਾ ਯਾਰ ਰਾਤ ਵਾਲੀਆਂ ਬੋਲੀਆਂ ਸੁਣਾ ਦੇ ਬਹੁਤ ਕੋਈ ਗੱਲ ਨੀ ਉਹਦੇ ਵਿੱਚ ਸਿਰਫ ਦੋ ਦੋ ਲੈਣਾ ਵੱਧ ਨੀ ਕਿਹੜਾ ਲਾਉਣਾ ਪਹਿਲਾਂ ਭਗਤ ਸਿੰਘ ਨੂੰ 23 ਮਾਰਚ 1931 ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਸਜ਼ਾ ਹੋ ਜਾਂਦੀ ਹੈ ਤਾਂ ਹੁਣ ਹੀ ਜਾਣੀ ਕਿ ਮੌਤ ਅੱਖਾਂ ਸਾਹਮਣੇ ਖੜੀ ਡਰਾਵੇ ਦਿੰਦੀ ਹੈ ਕਹਿੰਦੀ ਮਾਂ ਦੇ ਸੂਰ ਮੈਂ ਐਡਾ ਬਣਨਾ ਹੰਕਾਰੀ ਤੂੰ ਵੀ ਮੇਰੇ ਮੂਹਰੇ ਝੁਕੇ ਦੁਨੀਆ ਮੇਰਾ ਬਣਨਾ ਵਪਾਰੀ ਤੂੰ ਤੇ ਅੱਗੋਂ ਭਗਤ ਸਿੰਘ ਕੀ ਲਲਕਾਰਦਾ ਹੈ ਕਹਿੰਦਾ ਮਾਂ ਦੀਏ ਹੋਣੀ ਹੈ ਨੀ ਤੂੰ ਤਾਂ ਦੁਨੀਆ ਡਰਾਈ ਹੋਈ ਹੈ ਪਰ ਦੇਸ਼ ਨੂੰ ਆਜ਼ਾਦ ਕਰਨਾ ਜਿੰਦ ਤਲੀ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਕਈ ਸੂਰਮੇ ਤੋੜ ਗਏ ਦਮੇ ਦਾ ਹੱਤੇ ਮੇਰੇ ਖੋਪਰ ਦਾ ਦੀਵਾ ਬਣਾ ਦਿਆ ਜੇ ਜਾਂ ਮੇਰੇ ਸੀਨੇ ਦੀ ਚਰਬੀ ਨੂੰ ਅੱਗ ਲਾ ਕੇ ਇਸ ਮੰਦਰ ਦੀ ਜੋਤ ਜਗਾ ਦਿਆ ਜਾਂ ਮੇਰੀਆਂ ਹੱਡੀਆਂ ਪੀਸ ਕੇ ਕਲੀ ਵਾਂਗੂ ਇਸ ਮੰਦਰ ਦੀ ਸਫਾਈ ਕਰਾ ਦੇ ਅਜੇ ਜਾਂ ਮੇਰੇ ਖੂਨ ਦੇ ਨਾਲ ਗੋਪਾਲ ਮੇਰੇ ਸੁੱਕਾ ਇਸ ਦਾ ਕਲਸ ਸਜਾ ਦਿਆ ਦੁਆਬੇ ਦਾ ਮਾਣ ਹੈ ਜੀ ਦੁਆਬੇ ਦਾ ਨਹੀਂ ਪੂਰੇ ਇੰਡੀਆ ਦਾ ਮਾਣ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੁਨੀਆ ਦਾ ਮਾਣ ਹੈ ਸੋ 30 ਸਤੰਬਰ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਉੱਥੇ ਵੀ ਸਾਨੂੰ ਸੇਵਾ ਕਰਨ ਦਾ ਤੀਜੀ ਵਾਰੀ ਮੌਕਾ ਮਿਲਿਆ ਸੋ ਇੱਕ ਉਹਨਾਂ ਦੇ ਨਾਂ ਤੇ ਤਾੜੀ ਲਾ ਦਿਓ ਸਫਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਵੇ ਸੁੱਤੇ ਪਿਆਂ ਅਸਾਂ ਫਿਰ ਉੱਠਣਾ ਆ ਸਫਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਸੁੱਤੇ ਪਿਆਂ ਅਸਾਂ ਫਿਰ ਉੱਠਣਾ ਹੋ ਚਿੱਟੀ ਚਾਦਰ ਦੀ ਮਾਰਨੀ ਬੁੱਕਲੀ ਵੇ ਤੁਰ ਪੈਣਾ ਕਿਸੇ ਨੂੰ ਪੁੱਛਣਾ ਹੋ ਸਾਨੂੰ ਕਿਸੇ ਨੇ ਜਾਂਦਿਆ ਰੁਕਣਾ ਨਹੀਂ ਤੇ ਅਸੀਂ ਕਿਸੇ ਦੇ ਰੁਕੀਆਂ ਰੁਕਣਾ ਨਹੀਂ ਵੇ ਚਾਰ ਦਿਨ ਪੈਣੀਆਂ ਬਸ ਰਾਮ ਰਾਣੀ ਫਿਰ ਸਾਡਾ ਵੀ ਨਾ ਕਿਸੇ ਪੁੱਛਣਾ ਇਹ ਤਾਂ ਸਾਡੀਆਂ ਗੱਲਾਂ ਨੇ ਕਿਉਂਕਿ ਅਸੀਂ ਆਏ ਹਾਂ ਜਿਹੜੇ ਆਈ ਚਲਾਈ ਮੌਜ ਮਸਤੀ ਕਰਕੇ ਲੇਕਿਨ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਾਡੇ ਖਾਤਰ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ
ਜੇ ਉਹ ਇਹ ਸ਼ਹਾਦਤਾਂ ਨਾ ਦਿੰਦੇ ਤੇ ਅਸੀਂ ਪਤਾ ਨਹੀਂ ਕਿਹੜੀਆਂ ਗੁਲਾਮੀ ਦੀਆਂ ਜੰਜੀਰਾਂ 'ਚ ਹੋਣਾ ਸੀ। ਹਾਂਜੀ ਸਾਡਾ ਤਾਂ ਆਪਣੇ ਲੋਕਾਂ ਦਾ ਤਾਂ ਭੋਗ ਤੱਕ ਹੀ ਹੈ, ਲੇਕਿਨ ਉਹਨੂੰ ਸੂਰਵੀਰ ਯੁੱਧਿਆਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ। ਹਾਂ ਵੱਡੇ ਉਸ ਰੁੱਖ ਨੂੰ ਪੈਂਦੇ ਨੇ ਉਹ ਜਿਸ ਬੇੜੀ ਦੇ ਮਿੱਟੜੇ ਬਹਿਰ ਹੁੰਦੇ। ਹਾਂ ਵੱਡੇ ਉਸ ਰੁੱਖ ਨੂੰ ਪੈਂਦੇ ਨੇ ਜਿਸ ਬੇਹਰੀ ਦੇ ਮਿੱਟੜੇ ਬਹਿਰ ਹੁੰਦੇ। ਮੁਸੀਬਤਾਂ ਉਸ ਕੌਮ ਤੇ ਪੈਂਦੀਆਂ ਨੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ। ਓਏ ਮੁਸੀਬਤਾਂ ਉਸ ਕੌਮ ਤੇ ਪੈਂਦੀਆਂ ਨੇ ਜਿਸ ਕੌਮ ਦੇ ਮਰਦ ਦਲੇਰ ਹੁੰਦੇ। ਕੌਣ ਪੁੱਛਦਾ ਇੱਥੇ ਗਿੱਦੜਾਂ ਨੂੰ ਪਿੰਜਰੇ ਚ ਕੈਦ ਬਾਜ ਤੇ ਸ਼ੇਰ ਹੁੰਦੇ। ਪਿੰਜਰੇ ਚ ਕੈਦ ਬਾਜ ਤੇ ਸ਼ੇਰ ਹੁੰਦੇ। ਉਹ ਝੁੰਡ ਨਿਕਲਦੇ ਜਦੋਂ ਪਰਵਾਨਿਆ ਝੁੰਡ ਨਿਕਲਦੇ ਜਦੋਂ ਪਰਵਾਨਿਆ ਦੇ ਆ ਲੋਕੀ ਪਰਖਦੇ ਸ਼ਮਾ ਚ ਸੜੇ ਕਿੰਨੇ। ਝੁੰਡ ਨਿਕਲਦੇ ਜਦੋਂ ਪਰਵਾਨਿਆ ਦੇ ਲੋਕੀ ਪਰਖਦੇ ਸ਼ਮਾ ਚ ਸੜੇ ਕਿੰਨੇ। ਫਾਂਸੀ ਚੜੇ ਕਿੰਨੇ ਦੇਖਾਂ ਚ ਘੜੇ ਕਿੰਨੇ ਤੇ ਗਏ ਵਿੱਚ ਦੀਵਾਰਾਂ ਦੇ ਮੜੇ ਕਿੰਨੇ। ਵੀ ਅਸੀਂ ਅੱਜ ਵੀ ਅਮੀਰ ਹਾਂ ਅਸੀਂ ਅੱਜ ਵੀ ਅਮੀਰ ਹਾਂ ਆਸ਼ਕਾਂ ਦੇ ਆਪਣੇ ਯਾਰ ਦੀ ਰਮਜ ਪਛਾਣਦੇ ਆ। ਵੀ ਅਸੀਂ ਅੱਜ ਵੀ ਤਲੀ ਤੇ ਸੀਸ ਧਰ ਕੇ ਗਲੀ ਯਾਰ ਦੀ ਪਹੁੰਚਣਾ ਜਾਣਦੇ ਆ। ਅਸੀਂ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦੇ ਜੇਲਾਂ ਵਿੱਚ ਸੀ ਬਹਿ ਕੇ ਜਾਪ ਕੀਤਾ। ਅਸੀਂ ਪੰਥ ਚ ਗੰਗੂਣੀ ਰਹਿਣ ਦਿੱਤੇ ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ। ਅਸੀਂ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਦੇ ਜੇਲਾ ਵਿੱਚ ਸੀ ਬੈਠ ਕੇ ਜਾਪ ਕੀਤਾ। ਅਸੀਂ ਪੰਥ ਚ ਗੰਗੂ ਨੀ ਰਹਿਣ ਦੇਣੇ ਤੇ ਚਾਹੇ ਪੁੰਨ ਕੀਤਾ ਤੇ ਚਾਹੇ ਪਾਪ ਕੀਤਾ। ਹੋਈ ਅਸੀਂ ਪੰਥ ਚ ਗੰਗੂ ਪੁੰਨ ਕੀਤਾ ਭਾਵੇਂ ਪਾਪ ਕੀਤਾ। ਮਹਾਂਦਿਆ ਸੂਰਮਿਆ ਸੂਰਮਿਆ ਵੇ ਵੱਡਾ ਬਣੇ ਨਾ ਹੰਕਾਰੀ ਤੂੰ ਵੇ ਮੇਰੇ ਮੂਹਰੇ ਝੁਕੇ ਦੁਨੀਆ ਹਾਂ ਝੁਕੇ ਦੁਨੀਆ ਵੇ ਮੇਰਾ ਬਣੇ ਨਾ ਵਪਾਰੀ ਤੂੰ। ਮਹਾਂਦਿਆ ਸੂਰਮਿਆ ਤੂੰ ਤਾਂ ਦੁਨੀਆ ਡਰਾਈ ਹੋਈ ਹੈ ਦੇਸ਼ ਨੂੰ ਆਜ਼ਾਦ ਕਰਨਾ ਆਜ਼ਾਦ ਕਰਨਾ ਨੀ ਜਾਂਦਾ ਹਰੀ ਤੜੀ ਕਾਈ ਹੋਈ ਹੈ। ਦੇਸ਼ ਨੂੰ ਆਜ਼ਾਦ ਕਰਨਾ ਜਿੰਦ ਤੜੀ ਤੇ ਟਿਕਾਈ ਹੋਈ ਹੈ। ਆ ਕੀ ਕਰੇਗਾ ਹੁਸ਼ਿਆਰੀ ਤੂੰ ਤੇ
ਸੱਜੇ ਭਗਤ ਸਿੰਘ ਸਰਦਾਰ ਮੈਂ ਇਨਕਲਾਬੀ ਉਹ ਗੋਰਿਆਂ ਦੇ ਗਲ ਬੂਟਾ ਦੇ ਕੇ ਲੈ ਕੇ ਛੱਡੂ ਆਜ਼ਾਦੀ ਮੈਨੂੰ ਕਹਿੰਦੇ ਭਗਤ ਸਿੰਘ ਸਰਦਾਰ ਮੈਂ ਇਨਕਲਾਬੀ ਗਲ ਬੂਟਾ ਦੇ ਕੇ ਲੈ ਕੇ ਛੱਡੂ ਆਜ਼ਾਦੀ ਰਾਹ ਮੇਰਾ ਕਿਉਂ ਰੋਕਦੀ ਕਿਉਂ ਰੋਕਦੀ ਨੀ ਬਸ ਦਿਲ ਵਿੱਚ ਆਈ ਹੋਈ ਦੇਸ਼ ਨੂੰ ਆਏ ਯਾਦ ਕਰਨਾ ਜਿੰਦ ਤਲੀ ਤੇ ਟਿਕਾਈ ਹੋਈ ਆ ਸਾਡੇ ਨਿਰਮਲ ਕੌਰ ਜੀ ਸੀ ਮੌਜੂਦਾ ਸਰਪੰਚ ਇਲਾਕੇ ਦਾ ਮਾਨ ਸੋ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਮਾਨ ਦਿੱਤਾ ਹੈ ਧੰਨਵਾਦੀ ਹਾਂ ਜੀ ਤੁਹਾਡੇ ਬਹੁਤ ਬਹੁਤ ਇੱਧਰ ਹੋਰ ਵੀ ਸਾਰਿਆਂ ਵੱਲੋਂ ਭਾਅ ਜੀ ਹੁਣਾਂ ਵੱਲੋਂ ਬਹੁਤ ਸਾਰਾ ਮਾਨ ਸਤਿਕਾਰ ਹੈ ਪ੍ਰਬੰਧਕ ਕਮੇਟੀ ਨੇ ਬਹੁਤ ਸਾਡਾ ਮਾਨ ਵਧਾਇਆ ਥੈਂਕ ਯੂ ਸੋ ਮਚ ਗੱਲ ਇਹ ਹੈ ਵੀ ਸਾਰੇ ਗੀਤਾਂ 'ਚ ਮੈਂ ਕੰਜੂਸੀ ਕਰ ਸਕਦਾ ਪਰ ਇਹ ਸ਼ਹੀਦਾਂ ਦੇ ਗੀਤ ਜੇ ਮੈਂ ਘੱਟ ਗਾਇਆ ਨਾ ਮੈਨੂੰ ਆਪਦੇ ਆਪ ਵਧੀਆ ਲੱਗਣਾ ਜ਼ੋਰਦਾਰ ਤਾੜੀ ਭਗਤ ਸਿੰਘ ਨਾਲ ਦੇ ਰਾਜਗੁਰੂ ਸਖਦੇਵ ਖਾੜੇ ਤੋਂ ਖੱਬੇ ਸੱਜੇ ਪਾਈ ਕਿਤਾਂ ਵਿੱਚ ਲਿਖੂ ਆਤਮਾ ਲਿਖੂ ਆਤਮਾ ਓਏ ਮੌਤ ਧੁਰ ਤੋਂ ਲਿਖਾਈ ਹੋਈ ਦੇਸ਼ ਨੂੰ ਯਾਦ ਕਰਨਾ ਜਿੰਦ ਤਲੀ ਤੇ ਟਿਕਾਈ ਹੋਈ ਮਾਂ ਦੇ ਆਸੂ ਹੁਰਮਿਆਂ ਜਿੰਦ ਤਲੀ ਤੇ ਟਿਕਾਈ ਹੋਈ ਮਾਂ ਦੇ ਆਸੂ ਹੁਰਮਿਆਂ ਜਿੰਦ ਤਲੀ ਤੇ ਟਿਕਾਈ ਹੋਈ